ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੇ ਉਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਤਿਗੁਰ ਕੋ ਸੁਣ ਕੇ ਸ਼ਬਦ ਕੀਨ ਕਮਾਵਨ ਜਾਹੇ ਦੁਸਤਰ ਮਾਇਆ ਤੇ ਤਰੇ ਨਮਸਕਾਰ ਮਮਤਾ ਹੈ ਦੋਹਰਾ ਸਤਿਗੁਰ ਕੋ ਸੁਣ ਕੇ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਬਹੁਤ ਸਾਰੀਆਂ ਸਿੱਖ ਸੰਗਤਾਂ ਆ ਰਹੀਆਂ ਨੇ। ਸਿੱਖ ਆਪੋ ਆਪਣੇ ਮਨ ਦੀ ਭਾਵਨਾ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਸਵਾਲ ਕਰਦੇ ਨੇ, ਬੇਨਤੀਆਂ ਕਰਦੇ ਨੇ, ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦਾ ਉਧਾਰ ਕਰਨ ਵਾਸਤੇ ਉਹਨਾਂ ਦੀ ਇੱਛਾ ਦੇ ਮੁਤਾਬਕ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਇਹ ਕਥਾ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਦੇ ਅੰਦਰ ਸਿੱਖਾਂ ਦੀ ਰਤਨਾਵਲੀ ਵਰਣਨ ਕੀਤੀ ਹੈ। ਜਿਹੜੇ ਚੋਣਵੇਂ ਸਿੱਖ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਨਿਹਾਲ ਹੋਏ, ਉਹਨਾਂ ਦੀ ਕਥਾ ਭਾਈ ਗੁਰਦਾਸ ਜੀ ਨੇ ਲਿਖੀ ਹੈ। ਔਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵੀ ਕੁਝ ਚੋਣਵੇਂ ਸਿੱਖਾਂ ਦੀ ਉਸ ਕਥਾ ਦਾ ਵਰਣਨ ਕਰ ਰਹੇ ਨੇ। ਜਿਸ ਤਰ੍ਹਾਂ ਅੱਗੇ ਸਾਧ ਸੰਗਤ ਜੀ ਇਤਿਹਾਸ ਆ ਰਿਹਾ, ਆਪ ਪਿਆਰ ਦੇ ਨਾਲ ਸਰਵਣ ਕਰੋ। ਦੋਹਰਾ ਸਤਿਗੁਰ ਕੋ ਸੁਣ ਕੇ ਸ਼ਬਦ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਦੇ ਤਾਈ ਸੁਣ ਕੇ ਕੀਨ ਕਮਾਵਨ ਜਾਹੇ, ਜਿਨ੍ਹਾਂ ਨੇ ਆਪਣੀ ਕਮਾਈ ਸ਼ਬਦ ਦੀ ਸੁਣਿਆ ਤੇ ਮੰਨਿਆ, ਮਨ ਕੀਤਾ ਭਾਵ ਅਭਿਆਸ ਸ਼ਬਦ ਦਾ ਕੀਤਾ, ਦੁਸਤਰੇ ਮਾਇਆ ਤੇ ਤਰੇ, ਜਿਹੜੀ ਕਠਿਨ ਸੰਸਾਰ ਤੋਂ ਜਿਹੜੀ ਕਠਿਨ ਮਾਇਆ ਹੈ ਸੰਸਾਰ ਦੇ ਅੰਦਰ, ਤੇ ਇਸ ਤੋਂ ਸਿੱਖ ਜਿਹੜੇ ਸੀ ਤਰ ਗਏ। ਨਮਸਕਾਰ ਮਮਤਾ ਹੈ, ਐਸੇ ਗੁਰਸਿੱਖਾਂ ਦੇ ਤਾਈ ਮੇਰੀ ਨਮਸਕਾਰ ਹੋਵੇ। ਸ੍ਰੀ ਬਾਲਾ ਸੁੰਦਰ ਵਾਚਾ ਪੀ ਸ੍ਰੀ ਅੰਗਦ ਸੁਣ ਕਥਾ ਅਗਾਰੀ। ਭਾਈ ਬਾਲਾ ਜੀ ਸੰਧੂ ਗੋਦ ਦੇ ਕਥਾ ਉਚਾਰਨ ਕਰ ਰਹੇ ਨੇ। ਸ੍ਰੀ ਖਡੂਰ ਸਾਹਿਬ ਦੇ ਅੰਦਰ ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਕਥਾ ਨੂੰ ਲਿਖਾ ਰਹੇ ਨੇ। ਭਾਈ ਪੈੜਾ ਮੁੱਖਾ ਲਿਖ ਰਿਹਾ ਹੈ, ਭਾਈ ਬੁੱਢਾ ਜੀ, ਭਾਈ ਜੀਵਾ ਜੀ, ਭਾਈ ਪਾਰੋ ਜੀ ਬ੍ਰਹਮ ਗਿਆਨੀ, ਇਸੇ ਤਰ੍ਹਾਂ ਭਾਈ ਧਿੰਗਾ ਜੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਇਸ ਕਥਾ ਦੇ ਚੋਣਵੇਂ ਸਰੋਤੇ ਨੇ। ਭਾਈ ਬਾਲਾ ਜੀ ਕਹਿੰਦੇ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਕਥਾ ਗੁਰੂ ਨਾਨਕ ਸਾਹਿਬ ਦੀ ਹੋਰ ਸੁਣੋ। ਬੈਠੇ ਪ੍ਰਭ ਧਰਮਸਾਲ ਮਝਾਰੀ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਸਾਹਿਬ ਦੇ ਅੰਦਰ ਧਰਮਸਾਲਾ ਦੇ ਵਿੱਚ ਬੈਠੇ ਹਨ। ਹਰ ਅਨੇਕ ਦਰਸ਼ਨ ਹਿਤ ਆਵਹਿ, ਅਨੇਕਾਂ ਲੋਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਸ਼ਬਦ ਸੁਣੇ ਰਹੇ ਬੋਰ ਸਦਾਵਹਿ, ਸਤਿਗੁਰੂ ਮਹਾਰਾਜ ਜੀ ਦੇ ਪਾਸ ਉਪਦੇਸ਼ ਨੂੰ ਸੁਣਦੇ ਨੇ ਤੇ ਕੁਝ
ਸਮਾਂ ਰਹਿ ਕੇ ਫਿਰ ਵਾਪਸ ਚਲੇ ਜਾਂਦੇ ਨੇ। ਮਾਲੋ ਮੰਗੋ ਦੁਆ ਸਿੱਖ ਆਏ, ਭਾਈ ਮਾਲੋ ਤੇ ਭਾਈ ਮੰਗੋ ਦੋ ਸਿੱਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਆਏ, ਚਰਨ ਕਮਲ ਪਰ ਸੀਸ ਨਵਾਏ, ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਆਪਣਾ ਸਿਰ ਝੁਕਾਉਣਾ ਕੀਤਾ, ਹੱਥ ਬੰਨ੍ਹਦੇ ਅਰਦਾਸ ਬਖਾਨੀ, ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ, ਕਰੋ ਕਿਰਪਾ ਸ੍ਰੀ ਗੁਰ ਗੁਣਖਾਨੀ, ਸਤਿਗੁਰੂ ਮਹਾਰਾਜ ਜੀ ਗੁਣਾਂ ਦੀ ਖਾਨ ਸਾਡੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰੋ, ਨਿਰਮੁਖ ਸੋ ਉਪਦੇਸ਼ ਕਰੀ ਜਾ, ਆਪਣੇ ਮੁਖੋਂ ਸੱਚੇ ਪਾਤਸ਼ਾਹ ਉਪਦੇਸ਼ ਦੇਣਾ ਕਰੋ ਸਾਡੇ ਤਾਏ, ਜੇਤੇ ਜਨਮ ਮਰਨ ਕੱਟਦੀ ਜਾ, ਜਿਸ ਕਰਕੇ ਜੰਮਣਾ ਤੇ ਮਰਨਾ ਜਿਹੜਾ ਤੇ ਸਾਡਾ ਕੱਟਿਆ ਜਾਵੇ, ਜੋ ਸੁਣ ਜਿਨ ਕਰਨਾ ਰਸ ਨੈਨਾ, ਇਸ ਤਰ੍ਹਾਂ ਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨੇਤਰਾਂ ਦੇ ਕਰਨਾ ਰਸ ਹੈ, ਭਗਤ ਪ੍ਰਕਾਸ਼ਨ ਹਿਤ ਕਹਿ ਬਹਿਣਾ, ਭਗਤੀ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ, ਅਗਨ ਤਾਪ ਨਾ ਜਲ ਮੈਂ ਰਹਿਣੋ, ਮਹਾਰਾਜ ਕਹਿੰਦੇ ਅੱਗ ਦੇ ਨਾਲ ਧੋਣੀਆਂ ਤੋਣੀਆਂ ਤੇ ਜਲ ਦੇ ਖੜ ਕੇ ਠੰਡ ਦੀ ਰੁੱਤ ਦੇ ਅੰਦਰ ਜੋ ਜਲ ਧਾਰਾ ਕਰਨਾ ਹੈ, ਰਤ ਕਰਨੋ ਸੀਤੋ ਸਨ ਸਹਿਣੋ, ਤੇ ਵਰਤ ਜਿਹੜੇ ਉਹ ਰੱਖਣੇ ਹਨ ਤੇ ਗਰਮੀ ਤੇ ਠੰਡ ਦੇ ਤਾਏ ਸਰੀਰ ਦੇ ਉੱਤੇ ਸਹਾਰਨਾ, ਊਰਦ ਬਾਹੋ ਅਦੋ ਸਿਰ ਕਰਨਾ, ਬਾਹਾਂ ਜਿਹੜੀਆਂ ਉੱਪਰ ਨੂੰ ਉੱਚੀਆਂ ਕਰਕੇ ਖੜੇ ਰਹਿਣਾ ਤੇ ਜਾ ਇਸੇ ਤਰ੍ਹਾਂ ਨੀਵਾਂ ਸਿਰ ਕਰਕੇ ਲੱਤਾਂ ਉੱਤੇ ਨੂੰ ਕਰਕੇ ਕਪਾਲੀ ਆਸਣ ਲਾ ਕੇ ਟਿਕਣਾ, ਹਰੇ ਹੋਣ ਚਿਰ ਲਓ ਇੱਕ ਚਰਨਾ, ਇੱਕ ਪੈਰ ਦੇ ਉੱਤੇ ਹੀ ਚਿਰ ਤੱਕ ਸਮਾਂ ਇਸ ਤਰ੍ਹਾਂ ਖੜੇ ਰਹਿਣਾ, ਦੂਹਰਾ ਕੰਦ ਮੂਲ ਚੁਨ ਖਾਵਨੇ, ਇਸੇ ਤਰ੍ਹਾਂ ਕੰਦ ਮੂਲ ਇੱਕ ਫਲ ਹੈ ਤੇ ਇਸ ਤਰ੍ਹਾਂ ਉਹਦੇ ਤਾਈ ਖਾਣਾ ਜੰਗਲ ਦੇ ਵਿੱਚ, ਤੀਰਥ ਤੀਰ ਨਿਵਾਸ, ਤੀਰਥਾਂ ਦੇ ਕਿਨਾਰਿਆਂ ਦੇ ਉੱਤੇ ਜਾ ਕੇ ਨਿਵਾਸ ਕਰ ਲੈਣਾ, ਭੂਮਾ ਭਰਮ ਚੰਦਰਾਇਣੀ, ਧਰਤੀ ਦੇ ਉੱਤੇ ਬਹੁਤ ਸਾਰਾ ਚੱਕਰ ਲਾਉਣਾ ਤੇ ਚੰਦਰਾਇਣੀ ਇੱਕ ਵਰਤ ਹੈ ਤੇ ਜਿਸ ਤਰ੍ਹਾਂ ਚੰਦਰਮਾ ਵੱਧਦਾ ਹੈ ਦਿਨੋ ਦਿਨ, ਇਸੇ ਤਰ੍ਹਾਂ ਮੋਰ ਦੇ ਆਂਡੇ ਵਰਗੀ ਬੁਰਕੀ ਜਿਹੜੀ ਇਸ ਤੋਂ ਸ਼ੁਰੂ ਕਰਨਾ ਭੋਜਨ, ਜਿਵੇਂ ਚੰਦਰਮਾ ਘਟਦਾ ਹੈ ਉਸੇ ਤਰ੍ਹਾਂ ਭੋਜਨ ਨੂੰ ਘਟਾਈ ਜਾਣਾ ਤੇ ਇਸ ਤਰ੍ਹਾਂ ਦੇ ਵਰਤ ਰੱਖਣੇ, ਕੰਮ ਗੁਣ ਇਹ ਤਪ ਰਾਸ, ਮਹਾਰਾਜ ਕਹਿੰਦੇ ਜਿਤਨੇ ਵੀ ਇਹ ਸਾਰੇ ਤਪ ਨੇ ਤੇ ਤਮੋ ਗੁਣੀ ਹਨ, ਦੋਹ ਚੌਪੀ ਗੋਤੇ ਮਨ ਜੋ ਇਕਾਗਰ ਕਰਨਾ, ਤੇ ਗੋ ਇੰਦਰੀਆਂ ਵੱਲੋਂ ਜਿਹੜਾ ਆਪਣੇ ਮਨ ਦੇ ਤਾਈ ਇਕਾਗਰ ਕਰਨਾ ਹੈ, ਕਥਾ ਕੀਰਤਨ ਮੈਂ ਪੁਨ ਧਰਨਾ, ਕਥਾ ਕੀਰਤਨ ਦੇ ਚ ਆਪਣੇ ਮਨ ਦੇ ਤਾਈ ਟਿਕਾਉਣਾ ਹੈ, ਰੁਜਤੀ ਗੁਣ ਗਾਵਣਾ ਸੁਣੋ, ਰੁਚੀ ਦੇ ਸਹਿਤ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦੇ ਤਾਈ ਗਾਉਣਾ ਤੇ ਬਾਣੀ ਦੀ ਵਿਚਾਰ ਦੇ ਤਾਈ ਸਰਵਣ ਕਰਨਾ, ਮਿਲ ਕੇ ਸਤਸੰਗਤ ਨਿਤ ਗੁਣਨਾ, ਮਿਲ ਕੇ ਸਾਧ ਸੰਗਤ ਦੇ ਤੇ ਗੁਣ ਨੂੰ ਵਿਚਾਰ ਕਰਨੇ, ਕਰਮ ਤਾਮਸੀ ਕਰਨ ਦੁਖਾਰੇ, ਮਹਾਰਾਜ ਕਹਿੰਦੇ ਜਿਹੜੇ ਤਮੋ ਗੁਣੀ ਕਰਮ ਪਹਿਲਾਂ ਕਹਿ ਤੇ ਜਲ ਧਾਰੇ ਧੋਣੀਆਂ ਤਾਪਣੀਆਂ ਇਹ ਕਰਨੇ ਬਹੁਤ ਹੀ ਕਠਿਨ ਹਨ, ਇਹ ਜੋ ਰਾਸੀ ਲਖੋ ਸੁਖਾਰੇ, ਇਹ ਜਿਹੜੇ ਅਸੀਂ ਹੁਣ ਕਰਮ ਕਹੇ ਨੇ ਇਹਨੂੰ ਰਾਜਸੀ ਕਰਮ ਕਹਿੰਦੇ ਨੇ ਤੇ ਇਹ ਸੁਖਾਲੇ ਹਨ, ਜਾਣ ਲਓ ਫਲ ਵਿਸਾਲ ਹੋਵੇ ਥੋੜ ਕਮਾਈ, ਤੇ ਥੋੜੀ ਮਿਹਨਤ ਕਰਨ ਦੇ ਨਾਲ ਵੀ ਇਸ ਦਾ ਬਹੁਤਾ ਫਲ ਪ੍ਰਾਪਤ ਹੁੰਦਾ ਹੈ, ਇਹਨ ਮਿਹਨਤ ਬਾਡੀ ਲੱਗ ਫਲ ਪਾਈ, ਤੇ ਜਿਹੜੇ ਪਹਿਲੇ ਤਾਮਸੀ ਕਰਮ ਨੇ ਤੇ ਉਹਨਾਂ ਦੀ ਮਿਹਨਤ ਜ਼ਿਆਦਾ ਹੈ ਤੇ ਮਹਾਰਾਜ ਕਹਿੰਦੇ ਉਹਨਾਂ ਦਾ ਫਲ ਬਹੁਤ ਛੋਟਾ ਹੈ, ਦੂਰਾ ਸੁਣਤ ਪ੍ਰਸ਼ਨ ਮਾਲੋ ਕਹੋ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜਾ ਪ੍ਰਸ਼ਨ ਸੀ ਨਾ ਤੇ ਸੁਣ ਕੇ ਇਸ ਦਾ ਭਾਈ ਮਾਲੋ ਜੀ ਨੇ ਕਿਹਾ, ਹਰ ਮਿਹਨਤ ਅਨੁਸਾਰ, ਮਹਾਰਾਜ ਮਿਹਨਤ ਦੇ ਅਨੁਸਾਰ ਹੀ ਸੰਸਾਰ ਵਿੱਚ ਸਿਆਣੇ ਕਹਿੰਦੇ ਨੇ ਕਿ ਫਲ ਮਿਲਦਾ ਹੈ, ਹਰ ਤੇ ਅਲਪ ਫਲ ਅਲਪ ਹੋਵੇ, ਜਿਹੜੇ ਥੋੜੀ ਮਿਹਨਤ ਕਰਦੇ ਨੇ ਤੇ ਉਹਨਾਂ ਦੇ ਤਾਈ ਉਤਨਾ ਛੋਟਾ ਫਲ ਪ੍ਰਾਪਤ ਹੁੰਦਾ, ਮੌਕੋ ਬਹੁ ਸੁਖਸਾਰ, ਜਿਹੜੀ ਬਹੁਤੀ ਮਿਹਨਤ ਕਰਦੇ ਨੇ ਤੇ ਉਹਨਾਂ ਦੇ ਤਾਈ ਬਹੁਤਾ ਫਲ ਪ੍ਰਾਪਤ ਹੁੰਦਾ, ਸ੍ਰੇਸ਼ਟ ਸੁਖ ਦੀ ਪ੍ਰਾਪਤੀ ਹੁੰਦੀ ਹੈ, ਕੋਈ ਮਿਲੇ ਫਲ ਮਿਹਨਤ ਅਨੁਸਾਰੀ, ਜਿਹੋ ਜੇ ਕੋਈ ਮਿਹਨਤ ਕਰਦਾ ਹੈ ਸਿਆਣੇ ਸੰਸਾਰ ਵੀ ਕਹਿੰਦੇ ਨੇ ਤੇ ਉਹਦੇ ਅਨੁਸਾਰ ਹੀ ਫਲ ਮਿਲਦਾ, ਹੁਣ ਤੁਮ ਭਾਖੋ ਰੀਤ ਨਿਆਰੀ, ਫਿਰ ਤੁਸੀਂ ਜਿਹੜੀ ਇਹ ਜਿਹੜੀ ਰੀਤੀ ਹੈ ਤੇ ਇਸ ਨੂੰ ਨਿਆਰੀ ਵੱਖਰੀ ਕਹਿ ਰਹੇ ਹੋ ਕਿ ਥੋੜੀ ਮਿਹਨਤ ਤੇ ਫਲ ਜ਼ਿਆਦਾ ਮਿਲ ਜਾਂਦਾ, ਇਹ ਸੰਸਾਰ ਮੇਰੇ ਮਨ ਪਰ, ਇਹ ਮੇਰੇ ਮਨ ਦੇ ਚ ਬੜਾ ਭਾਰੀ ਸੰਸਾ ਹੈ, ਕਿਰਪਾ ਤਰ ਜਾ ਕੋ ਪਰ ਹਰੋ, ਕਿਰਪਾ ਦ੍ਰਿਸ਼ਟੀ ਧਾਰ ਕੇ ਤੇ ਇਸ ਮੇਰੇ ਸੰਸੇ ਦੇ ਤਾਈ ਆਪ ਮੇਟਣਾ ਕਰੋ, ਸਗਰੇ ਜਗਤ ਵਿਖੇ ਅਸਰੀਤਾ, ਸਾਰੇ ਸੰਸਾਰ ਦੇ ਚ ਐਸੀ ਜਿਹੜੀ ਰੀਤੀ ਢੰਗ ਤਰੀਕਾ ਹੈ ਜਿਸ ਤੇ ਕਈ ਆਪ ਪ੍ਰੀਤਾ, ਉਸ ਤੋਂ ਆਪ ਜੀ ਨੇ ਜਿਹੜੀ ਵਿਚਾਰ ਕਹੀ ਹੈ ਤੇ ਵਿਪਰੀਤਾ ਮੈਨੂੰ
ਉਲਟ ਪ੍ਰਤੀਤ ਹੋ ਰਹੀ ਆ। ਜਿਸ ਪ੍ਰਕਾਰ ਹੋਵੇ ਨਿਸ਼ਾ ਹਮਾਰੀ, ਕਿਸ ਤਰ੍ਹਾਂ ਮਹਾਰਾਜ ਸਾਡੀ ਨਿਸ਼ਾ ਜਿਹੜੀ ਤਸੱਲੀ ਹੋਣਾ ਕਰੇ। ਸੋ ਸਮਝਾਵੋ ਰੀਤ ਸੁਖਾਰੀ, ਸੁਖਾਲੀ ਰੀਤੀ ਢੰਗ ਦੇ ਨਾਲ ਕਿਰਪਾ ਕਰਕੇ ਸਮਝਾਉਣਾ ਕਰੋ। ਸ੍ਰੀ ਮੁਖ ਭਨਿਓ ਨਾ ਸੰਸਾ ਕੀ ਜਾਏ ਮਨੁੱਖੋਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਸੰਸਾ ਨਾਮ ਕਰ ਆਪਣੇ ਮਨ ਦੇ ਵਿੱਚ, ਜਗ ਮੈਂ ਪ੍ਰਗਟ ਸੋ ਵਿਦ ਸੁਣ ਲਈ ਜਾ। ਸਾਰੇ ਸੰਸਾਰ ਦੇ ਅੰਦਰ ਵਿਧੀ ਢੰਗ ਪ੍ਰਗਟ ਹੈ ਤੇ ਆਪ ਸੁਣਨਾ ਕਰ। ਇੱਕ ਨਾਰੀ ਬੰਤੇ ਸਮਦਾਇਆ ਨਹੀਂ, ਇੱਕ ਐਸੇ ਬੰਦੇ ਨੇ ਕਿਰਤੀ ਕੰਮ ਕਰਨ ਵਾਲੇ, ਉਹ ਜੰਗਲ ਦੇ ਚੋਂ ਲੱਕੜਾਂ ਵੱਢ ਕੇ ਲਿਆਉਂਦੇ ਨੇ। ਬੇਜ ਬਾਜ਼ਾਰ ਕਰਤ ਗੁਜ਼ਰਾ ਨਹੀਂ, ਬਾਜ਼ਾਰ ਦੇ ਚੋਂ ਨਾ ਲੱਕੜਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ। ਕਰਤ ਮਜ਼ਦੂਰੀ ਬਹੁਤ ਸ਼ਰਮ ਪਾਵ ਹੈ, ਬੜੀ ਭਾਰੀ ਮਜ਼ਦੂਰੀ ਕਰਦੇ ਤੇ ਉਹਦੇ ਅੰਦਰ ਬੜੀ ਭਾਰੀ ਥਕਾਵਟ ਪਾ ਲੈਂਦੇ ਨੇ। ਮੋਲ ਥੋਰ ਕਰ ਆਵ ਹੈ, ਐਸੇ ਮਿਹਨਤ ਕਰਨ ਵਾਲੇ ਲੱਕੜ ਹਾਰੇ ਜੋ ਲੱਕੜਾਂ ਵੱਢ ਕੇ ਬਾਜ਼ਾਰ ਵਿੱਚ ਲਿਜਾਂਦੇ ਨੇ ਤੇ ਉਹਨਾਂ ਦੀ ਮਿਹਨਤ ਤਾਂ ਬਹੁਤੀ ਹੁੰਦੀ ਪਰ ਉਸਦੇ ਪੈਸੇ ਫਲ ਥੋੜਾ ਹੀ ਪ੍ਰਾਪਤ ਹੁੰਦਾ। ਗੁੰਜੇ ਬੰਦ ਕਰੇ ਹਟਵਾਨਾ, ਤੇ ਫਿਰ ਜਿਹੜੇ ਹੱਟੀ ਦੇ ਉੱਤੇ ਲੋਕ ਬਾਣੀਏ ਵਪਾਰ ਕਰਨ ਵਾਲੇ ਸੌਦਾ ਵੇਚਣ ਵਾਲੇ ਹਨ। ਲਵਣ ਤੇਲ ਅਨਜੇ ਵਿਦਨਾਨਾ, ਤੇ ਲੂਣ ਹੁੰਦਾ ਉਸਦੇ ਅੰਦਰ, ਤੇਲ ਨਾਨਾ ਤਰ੍ਹਾਂ ਦੇ ਅਨਾਜ ਦੇ ਤਾਂ ਹੀ ਰੱਖਦੇ ਨੇ। ਜਿੰਤੇ ਇਨਕੋ ਲਾਭ ਕਨੇਰੋ, ਤੇ ਕਹਿੰਦੇ ਲੱਕੜਾਂ ਵੇਚਣ ਵਾਲਿਆਂ ਦੇ ਨਾਲੋਂ ਉਸ ਦੁਕਾਨਦਾਰ ਨੂੰ ਬਹੁਤਾ ਲਾਭ ਪ੍ਰਾਪਤ ਹੁੰਦਾ ਹੈ। ਸੰਸੋਰੋ ਹੋਏ ਪ੍ਰਗਟੀ ਸੋਹੇਰੋ, ਤੇ ਸ਼ਰਮ ਜਿਹੜੀ ਥਕਾਵਟ ਆ ਉਹ ਥੋੜੀ ਹੁੰਦੀ ਹੈ ਤੇ ਲਾਭ ਬਹੁਤਾ ਹੁੰਦਾ ਵੇਖ ਲਓ। ਅਪਰ ਰੁਪਇਆ ਕੇ ਵਿਵਹਾਰੇ, ਤੇ ਹੋਰ ਜਿਹੜੇ ਲੋਕ ਰੁਪਇਆ ਦੇ ਆਉਣ ਜਾਣ ਦਾ ਵਪਾਰ ਕਰਦੇ ਨੇ ਤੇ ਵਿਆਜੂ ਧਨ ਚਲਾਉਂਦੇ ਹਨ, ਲਾਭ ਬਹੁਤ ਲੈ ਰਹੇ ਸੁਖਾਰੇ, ਬੜਾ ਭਾਰੀ ਵਿਆਜ ਦਾ ਲਾਭ ਲੈਂਦੇ ਨੇ ਤੇ ਘਰ ਦੇ ਸੁਖਾਲੇ ਹੀ ਰਹਿੰਦੇ ਹਨ। ਇੱਕ ਜਵਾਰੀ ਸੁਖ ਸੁਣ ਵੈਸੇ, ਇੱਕ ਜਵਾਰੀ ਲੋਕ ਨੇ ਤੇ ਆਪਣੀ ਦੁਕਾਨ ਦੇ ਉੱਤੇ ਸੁਖ ਦੇ ਨਾਲ ਬੈਠੇ ਰਹਿੰਦੇ ਨੇ। ਅੰਕੋ ਖੇਦ ਦੇਤਨਾ ਕੈਸੇ, ਆਪਣੇ ਸਰੀਰ ਨੂੰ ਥੋੜੇ ਮਾਤਰ ਵੀ ਉਹ ਖੇਦ ਕਠਿਨਾਈ ਨਹੀਂ ਦੁੱਖ ਨਹੀਂ ਦਿੰਦੇ ਹਨ। ਮੁਕਤਾ ਹੀਰੇ ਬਣ ਜਾ ਸੋਈ, ਉਹ ਮੋਤੀਆਂ ਤੇ ਹੀਰਿਆਂ ਦਾ ਹੀ ਤੇ ਇਸ ਤਰ੍ਹਾਂ ਵਪਾਰ ਕਰਦੇ ਨੇ। ਲਾਭ ਸਾਰ ਸਭਨ ਤੇ ਹੋਈ, ਸਾਰਿਆਂ ਤੋਂ ਵੱਡਾ ਭਾਰੀ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ। ਤਪ ਜੋ ਤਾਮਸੀ ਸ਼ਰਮ ਬਹੁ ਦੇਹੀ, ਤੇ ਮਹਾਰਾਜ ਕਹਿੰਦੇ ਜਿਹੜੇ ਤਾਮਸੀ ਤਪ ਕਰਨੇ ਤੇ ਬੜੀ ਭਾਰੀ ਥਕਾਵਟ ਦੇ ਤਾਂ ਹੀ ਦਿੰਦੇ ਹਨ। ਗਿਆਨ ਪ੍ਰਾਪਤ ਹੋਏ ਨਾ ਕਹੀ, ਕਹੀ ਕਿਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਇਹਨਾਂ ਸਾਧਨਾ ਤੋਂ ਗਿਆਨ ਨਹੀਂ ਪ੍ਰਾਪਤ ਹੁੰਦਾ। ਕਥਾ ਕੀਰਤਨ ਪੜ੍ਹਨ ਸੁਣਨ ਤੇ, ਵਾਹਿਗੁਰੂ ਪਰਮੇਸ਼ਰ ਦੀ ਕਥਾ ਪੜ੍ਹਨੀ ਤੇ ਕੀਰਤਨ ਸੁਣਨਾ ਤੇ ਵਿਚਾਰ ਕਰਨੇ, ਜਿਹੜੇ ਉਪਾਸਨਾ ਹੋਤ ਗੁਣਨ ਤੇ, ਐਸੀ ਵਿਚਾਰ ਕਰਨੇ ਤੋਂ ਤੇ ਦ੍ਰਿੜ ਪੱਕੀ ਉਪਾਸਨਾ ਭਗਤੀ ਹਿਰਦੇ ਚ ਹੋ ਜਾਂਦੀ ਹੈ। ਦੂਹਰਾ ਦ੍ਰਿੜ ਉਪਾਸਨਾ ਜਪ ਪਈ, ਜਿਸ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਪੱਕੀ ਭਗਤੀ ਜਿਹੜੀ ਹਿਰਦੇ ਟਿਕ ਗਈ, ਆਵਤ ਤਪ ਗਿਆਨ, ਉਸ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹਿਰਦੇ ਵਿੱਚ ਹੋ ਜਾਂਦਾ ਹੈ। ਸ਼ਾਂਤੇ ਤਾਪੇ ਸ਼ਾਂਤ ਕੀ, ਤਾਪੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਤਪ ਹੈ ਇਹ ਸ਼ਾਂਤ ਕੀ ਹੈ, ਮਨ ਦੇ ਤਾਂ ਹੀ ਸ਼ਾਂਤ ਕਰਨ ਵਾਲਾ ਹੈ। ਲਾਭ ਬਹੁਤ ਪਹਿਚਾਣ, ਇਸ ਦੇ ਅੰਦਰ ਬਹੁਤ ਵੱਡਾ ਲਾਭ ਪ੍ਰਾਪਤ ਹੁੰਦਾ ਹੈ, ਪਹਿਚਾਣ ਲਓ। ਜੋ ਵੀ ਇਸ ਵਿੱਚ ਸੁਣ ਮੰਗੋ ਗੁਰਬਚਨਾ, ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਪਦੇਸ਼ ਦੇ ਭਾਈ ਮੰਗੋ ਨੇ ਬਚਨ ਸੁਣ ਕੇ, ਬਾਣੀ ਪੜ੍ਹਨ ਕੀਨ ਮਨ ਖਚਨਾ, ਸਤਿਗੁਰਾਂ ਦੀ ਬਾਣੀ ਪੜ੍ਹਨ ਦੇ ਚ ਆਪਣੇ ਮਨ ਦੇ ਤਾਂ ਹੀ ਲਵਲੇਣ ਕੀਤਾ। ਖਮਾਲੋ ਸੁਣ ਹੈ ਤਬਹੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਬੈਠਾ ਭਾਈ ਮਾਲੋ ਇਸ ਉਪਦੇਸ਼ ਨੂੰ ਸੁਣ ਰਿਹਾ। ਬੈਠ ਰੱਖੀ ਕੀ ਸੰਕੋਚੇ ਸਭ ਹੀ, ਬੈਠੇ ਹੋਏ ਨੇ ਆਪਣੀਆਂ ਇੰਦਰੀਆਂ ਜਿਹੜੀਆਂ ਸੀ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸੰਕੋਚ ਲਿਆ। ਮਿਲ ਕੇ ਕੀਰਤਨ ਬਾਹਰ ਉਚਰਹੀ, ਮਿਲ ਕੇ ਵਾਹਿਗੁਰੂ ਪਰਮੇਸ਼ਰ ਦੇ ਕੀਰਤਨ ਦੇ ਤਾਂ ਹੀ ਉਚਾਰਨ ਕਰਦੇ ਨੇ। ਹਰ ਇਕਾਗਰਤਾ ਮਨ ਧਰਹੀ, ਮਨ ਜਿਹੜਾ ਹੈ ਤੇ ਉਸਨੂੰ ਟਿਕਾ ਕੇ ਤੇ ਕੀਰਤਨ ਉਚਾਰਦਿਆਂ ਮਨ ਨੂੰ ਇਕਾਗਰ ਕਰਦੇ ਨੇ। ਜਿਨਕੀ ਰਸਨਾ ਸਾਧ ਬਸਾਲਾ, ਤੇ ਫਿਰ ਬਾਣੀ ਸਿਮਰਨ ਕਰਦਿਆਂ ਤੇ ਉਹਨਾਂ ਦੀ ਰਸਨਾ ਦੇ ਉੱਤੇ ਰਸ ਵੀ ਹੈ ਤੇ ਸਵਾਦ ਵੀ ਬੜਾ ਭਾਰੀ ਪ੍ਰਗਟ ਹੁੰਦਾ। ਸੁਣਤ ਪ੍ਰੇਮ ਜਾਗੇ ਤਤਕਾਲਾ, ਉਹਨਾਂ ਦੀ ਬਾਣੀ ਉਹਨਾਂ ਦੇ ਉਪਦੇਸ਼ ਨੂੰ ਤੇ ਜਸ ਨੂੰ ਕੀਰਤਨ ਨੂੰ ਸੁਣ ਕੇ ਤੇ ਬਹੁਤ ਹੀ ਪ੍ਰੇਮ ਪ੍ਰਗਟ ਹੁੰਦਾ। ਦੂਹਰਾ ਜੋ ਜੋ ਸਿੱਖ ਤਿੰਨ ਤੇ ਸੁਣਤ, ਜਿਹੜੇ ਜਿਹੜੇ ਵੀ ਸਿੱਖ ਸਾਧ ਸੰਗ ਜੀ ਉਹਨਾਂ ਕਮਾਈ ਵਾਲੇ ਕੀਰਤਨੀਆਂ ਦੇ ਪਾਸੋਂ ਸੁਣਦੇ ਨੇ। ਜਾਗੇ ਬ੍ਰਿੰਦ ਬਕਾਰ,
ਬਹੁਤ ਸਾਰੇ ਵਿਕਾਰਾਂ ਦੇ ਤਾਂ ਉਹਨਾਂ ਨੇ ਛੱਡ ਦਿੱਤਾ। ਧਰਮ ਕਿਰਤ ਕਰ ਵੰਡ ਕੇ, ਧਰਮ ਦੀ ਕਿਰਤ ਕਰਕੇ ਤੇ ਵੰਡ ਕੇ ਛਕਦੇ ਨੇ। ਅਜਮੇ ਬੌਰ ਆਹਾਰ, ਧਰਮ ਦੀ ਕਿਰਤ ਕਰਕੇ ਤੇ ਭੋਜਨ ਵੰਡ ਕੇ ਛਕਦੇ ਹਨ। ਸਿੱਖ ਸੰਤ ਜਾਏ ਸੋ ਤਿਨਕੇ ਡੇਰੇ, ਜੇ ਕਰਕੇ ਉਹਨਾਂ ਦੇ ਡੇਰੇ ਘਰ ਦੇ ਚ ਕੋਈ ਸਿੱਖ ਚਲੇ ਜਾਵੇ ਜਾਂ ਕੋਈ ਵਾਹਿਗੁਰੂ ਦਾ ਸੰਤ ਪਿਆਰਾ ਚਲੇ ਜਾਵੇ। ਸੇਵਾ ਕਰਹੀ ਭਾਉ ਕਨੇਰੇ, ਬੜੀ ਭਾਰੀ ਉਹਨਾਂ ਦੀ ਸੇਵਾ ਕਰਦੇ ਨੇ ਪਿਆਰ ਦੇ ਨਾਲ। ਤਿਨਕੇ ਸੰਦੇਸ਼ ਜਿਸ ਮਾਹੀ, ਤਿਨਕੇ ਸਦਨ ਦੇਸ਼ ਜਿਸ ਮਾਹੀ, ਕਹਿੰਦੇ ਉਹਨਾਂ ਦੇ ਘਰ ਜਿਸ ਦੇਸ਼ ਇਲਾਕੇ ਦੇ ਵਿੱਚ ਸਨ। ਉਧਾਰੀ ਬਹੁ ਨਰਨ ਤਹਾਹੀ, ਬਹੁਤ ਸਾਰੇ ਸਤਸੰਗਤ ਕਰਨ ਵਾਲੇ ਲੋਕਾਂ ਦਾ ਵੀ ਉਧਾਰ ਹੋ ਗਿਆ। ਜਬ ਜਬ ਆਵੇ ਦਰਸ਼ਨ ਹਿਤਾ, ਜਦੋਂ ਜਦੋਂ ਵੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਸ਼ਬਦ ਪੜਤੀ ਨਾਰੀ ਬ੍ਰਿੰਦ ਸਮੇਤਾ, ਤੇ ਬਹੁਤ ਸਾਰੀਆਂ ਸੰਗਤਾਂ ਦੇ ਸਮੇਤ ਸਤਿਗੁਰਾਂ ਦੀ ਬਾਣੀ ਦੇ ਸ਼ਬਦਾਂ ਨੂੰ ਪੜ੍ਹਦੇ ਆਉਂਦੇ ਨੇ। ਬੰਧਨ ਤੇ ਹੋਏ ਨਿਰਾਰੇ, ਇਹ ਜਿਹੜੇ ਸੰਸਾਰ ਦੇ ਜੰਮਣ ਤੇ ਮਰਨ ਦੇ ਬੰਧਨ ਨੇ ਤੇ ਇਸ ਪਾਸੇ ਤੋਂ ਅਸੰਗ ਹੋ ਗਏ। ਸੰਗੀ ਅਪਰ ਅਨੇਕ ਉਧਾਰੇ, ਹੋਰ ਜਿਹੜੇ ਅਨੇਕਾਂ ਇਹਨਾਂ ਦੇ ਸੰਗੀ ਸੀ ਸਤਸੰਗਤ ਕਰਨ ਵਾਲੇ ਉਪਦੇਸ਼ ਨੂੰ ਸੁਣਨ ਵਾਲੇ ਤੇ ਉਹਨਾਂ ਦਾ ਵੀ ਉਧਾਰ ਕਰ ਦਿੱਤਾ। ਇੱਕ ਕਾਲੂ ਖੱਤਰੀ ਧਰਿਆਸਾ, ਇੱਕ ਭਾਈ ਕਾਲੂ ਜਿਸ ਦਾ ਨਾਮ ਹੈ ਸਿੱਖ ਦਾ ਤੇ ਖੱਤਰੀਆਂ ਦੀ ਜਾਤੀ ਹੈ ਤੇ ਆਸਾ ਇੱਛਾ ਧਾਰ ਕੇ ਆਏ ਸ੍ਰੀ ਨਾਨਕ ਪਾਸਾ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ ਆ ਕੇ ਇਸ ਨੇ ਮਿਲਣਾ ਕੀਤਾ। ਮੈਂ ਕਰ ਜੋਰ ਬੰਦਨਾ ਠਾਨੀ, ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਤਾਈਂ ਨਮਸਕਾਰ ਕੀਤੇ। ਸਮੀਪ ਭਨੀ ਪਰਬਾਨੀ, ਸਤਿਗੁਰੂ ਮਹਾਰਾਜ ਜੀ ਦੇ ਪਾਸ ਬੈਠ ਕੇ ਤੇ ਇਸ ਨੇ ਇਸ ਤਰ੍ਹਾਂ ਵਚਨ ਉਚਾਰਨ ਕੀਤੇ। ਸਨਮੁਖ ਮਨਮੁਖ ਲੱਛਣ ਜੇਈ, ਕਹਿਣ ਲੱਗਾ ਮਹਾਰਾਜ ਸਨਮੁਖ ਕੌਣ ਹੁੰਦਾ ਹੈ ਤੇ ਮਨਮੁਖ ਕੌਣ ਹੁੰਦਾ ਹੈ ਤੇ ਇਹ ਜਿਹੜੀਆਂ ਲੱਛਣ ਨਿਸ਼ਾਨੀਆਂ ਹਨ, ਕਰਨਾ ਕਰੋ ਉਚਾਰੋ ਤੇਈ, ਆਪ ਕਿਰਪਾ ਕਰਕੇ ਮੇਹਰ ਦੀ ਦ੍ਰਿਸ਼ਟੀ ਕਰਕੇ ਤੇ ਨਿਰਣਾ ਕਰਕੇ ਦੱਸੋ। ਸੁਣ ਕੇ ਸ੍ਰੀ ਗੁਰ ਗ੍ਰਹਿ ਅਲਾਈ, ਸੁਣ ਕੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਉਪਦੇਸ਼ ਉਚਾਰਨ ਕੀਤਾ। ਕਰਮਲ ਤੇਜਨ ਕੰਡ ਫਰਾਈ, ਕਹਿੰਦੇ ਬਾਈ ਜਿਨ੍ਹਾਂ ਨੇ ਪਾਪ ਕਰਮਾਂ ਦੇ ਕਰਨ ਵੱਲੋਂ ਤੇ ਆਪਣੀ ਕੰਡ ਜਿਹੜੀ ਹੈ ਪਿੱਠ ਦੇ ਦਿੱਤੀ ਹੈ। ਸੁਕਰਤ ਸਾਮ ਹੈ ਸਾਖੀ ਬ੍ਰਿਤ ਕੋ, ਤੇ ਸ੍ਰੇਸ਼ਟ ਕਰਮਾਂ ਦੇ ਸਾਹਮਣੇ ਹੋ ਕੇ ਤੇ ਐਨ ਸਨਮੁਖ ਹੋ ਕੇ ਕਰਦੇ ਨੇ ਤੇ ਬਿਰਤੀ ਦੇ ਸਾਖੀ ਬਣ ਕੇ ਧਿਆਨ ਦੇ ਨਾਲ। ਸ਼ਬਦ ਗੁਰ ਥੇਤੀ ਕਰ ਚਿਤ ਕੋ, ਆਪਣੇ ਮਨ ਦੀ ਤੇ ਇਸ ਤਰ੍ਹਾਂ ਮਨ ਦੀ ਬੇਮਨ ਬਿਰਤੀ ਦੇ ਜਾਣੂ ਹੋ ਕੇ ਤੇ ਇਸ ਤਰ੍ਹਾਂ ਸਾਹਮਣੇ ਹੋ ਕੇ ਸਨਮੁਖ ਹੋ ਕੇ ਤੇ ਸ੍ਰੇਸ਼ਟ ਕਰਮਾਂ ਨੂੰ ਕਰਦੇ ਨੇ ਤੇ ਗੁਰੂ ਦੇ ਸ਼ਬਦ ਨੂੰ ਸੁਣਦੇ ਹਨ ਮਨ ਨੂੰ ਟਿਕਾ ਕੇ। ਲਕਸ਼ਣ ਚਤੁਰ ਅਪਰ ਹੈ ਜੋਏ, ਮਹਾਰਾਜ ਕਹਿੰਦੇ ਸਨਮੁਖ ਪੁਰਸ਼ਾਂ ਦੇ ਚਾਰ ਹੋਰ ਚਿੰਨ ਹਨ ਨਿਸ਼ਾਨੀਆਂ ਹਨ। ਸੁਣੋ ਪ੍ਰੀਤ ਕਰ ਉਚਰੈ ਸੋਏ, ਆਪ ਪ੍ਰੀਤੀ ਦੇ ਨਾਲ ਸੁਣਨਾ ਕਰੋ ਤੇ ਅਸੀਂ ਉਚਾਰਨ ਕਰਦੇ ਹਾਂ। ਦੋਹਰਾ ਮੈਤ੍ਰੇ ਕਰਨਾ ਦਵੈ ਲਖੋ, ਇੱਕ ਦਾ ਨਾਮ ਹੈ ਮੈਤਰੀ ਤੇ ਦੂਜੇ ਦਾ ਨਾਮ ਕਰਨਾ ਹੈ ਜਾਣ ਲਓ। ਮੁਦਤਾ ਤੀਜੀ ਜਾਣ, ਤੇ ਤੀਸਰੀ ਮੁਦਤਾ ਹੈ ਗੁਣ ਜਾਣ ਲਓ। ਚਤੁਰੇ ਅਪੇਖਿਆ ਜਿਸ ਵਿਖਾ, ਚੌਥਾ ਗੁਣ ਉਹਨੂੰ ਅਪੇਖਿਆ ਕਹਿੰਦੇ ਨੇ ਜਿਸ ਦੇ ਅੰਦਰ ਸਨਮੁਖ ਸੇ ਪਹਿਚਾਨ, ਜਿਨ੍ਹਾਂ ਦੇ ਅੰਦਰ ਇੱਥੇ ਚਾਰ ਗੁਣ ਹਨ ਤੇ ਉਹਨਾਂ ਦੇ ਤਾਈਂ ਸਨਮੁਖ ਕਹਿੰਦੇ ਹਨ ਪਹਿਚਾਣ ਲਓ। ਚੌਪੀ ਕਾਲੂ ਕਿਹੋ ਨਾ ਜਾਣਿਓ ਜਾਈ, ਤੇ ਭਾਈ ਕਾਲੂ ਕਹਿਣ ਲੱਗਾ ਮਹਾਰਾਜ ਇਸ ਤਰ੍ਹਾਂ ਤਾਂ ਮੇਰੇ ਪਾਸੋਂ ਜਾਣਿਆ ਨੀ ਜਾਂਦਾ। ਅਰਥ ਖੋਲ ਦੀਜੇ ਸਮਝਾਈ, ਤੇ ਇਹਨਾਂ ਗੁਣਾਂ ਦਾ ਅਰਥ ਜਿਹੜਾ ਹੈ ਤੇ ਚੰਗੀ ਤਰ੍ਹਾਂ ਖੋਲ ਕੇ ਸਮਝਾਉਣਾ ਕਰੋ। ਸੁਣ ਸ੍ਰੀ ਮੁਖ ਸੋਂ ਬਚਨਿਆਂ ਲਾਇਆ, ਸੁਣ ਕੇ ਸੁਭਾਏ ਮਨ ਮੁਖੋਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ। ਮੈਤਰੀ ਅਰਥ ਮੀਤ ਸਮਝਾਇਆ, ਮਹਾਰਾਜ ਕਹਿੰਦੇ ਮੈਤਰੀ ਦਾ ਅਰਥ ਹੈ ਕਿ ਸਾਰਿਆਂ ਦੇ ਨਾਲ ਮਿੱਤਰ ਭਾਵਨਾ ਰੱਖਣੀ। ਕਿਸੇ ਸੁਖੀ ਕਿਸੇ ਨੇ ਸੁਖ ਜਾਣਾ, ਤੇ ਕਿਸੇ ਸੁਖੀ ਬੰਦੇ ਨੂੰ ਵੇਖ ਕੇ ਤੇ ਆਪਣੇ ਆਪ ਨੂੰ ਵੀ ਸੁਖੀ ਜਾਣਨਾ ਕਰੇ। ਪਰ ਸੁਖ ਦੇਖ ਨਾ ਈਰਖਾ ਠਾਨ ਹੈ, ਪਰਾਏ ਬੰਦੇ ਨੂੰ ਸੁਖੀ ਵੇਖ ਕੇ ਤੇ ਈਰਖਾ ਨਾ ਕਰਨਾ ਕਰੇ। ਵਿਦਿਆ ਕਿਦੋ ਦਰਬ ਨਿਜ ਪਾਸਾ, ਆਪਣੇ ਪਾਸ ਕੋਈ ਵਿਦਿਆ ਹੋਵੇ ਜਾਂ ਆਪਣੇ ਪਾਸ ਕੋਈ ਧਨ ਹੋਵੇ, ਇਸ ਉਪਰ ਕੋ ਦੇ ਸੁਖ ਰਾਸਾ,
ਕਹਿੰਦੇ ਨੇ ਕਿ ਕੋਈ ਉਹਦੇ ਪਾਸ ਨਹੀਂ ਹੈ ਤੇ ਇਸ ਵਾਸਤੇ ਤੇ ਸੋ ਪਰਕੋ ਦੇਸ ਫਰਾਸਾ ਉਹਦੇ ਨਾਲ ਵਿਦਿਆ ਦੇ ਗੁਣ ਨਾਲ ਧਨ ਦੇ ਨਾਲ ਤੇ ਦੂਜੇ ਨੂੰ ਵੀ ਸੁਖ ਦੇਣਾ ਕਰੇ ਦੋਰਾ ਕਰਤ ਭਲਾਈ ਮੀਤ ਸੋ ਤੇ ਜਿਹੜੇ ਇਸ ਤਰ੍ਹਾਂ ਆਪਣੇ ਮਿੱਤਰ ਦੇ ਨਾਲ ਭਲਿਆਈ ਚੰਗਿਆਈ ਕਰਦੇ ਨੇ ਕਿਉਂਕਿ ਜੇ ਸਭ ਸੰਗ ਤੇ ਇਵੇਂ ਹੀ ਸਾਰਿਆਂ ਦੇ ਨਾਲ ਹਮੇਸ਼ਾ ਭਲਿਆਈ ਵਾਲਾ ਗੁਣ ਰੱਖਣਾ ਚਾਹੀਦਾ ਜਿਵੇਂ ਮਿੱਤਰ ਨਾਲ ਮਿੱਤਰ ਕਰਦਾ ਹੈ ਮੈਤਰੀ ਕੇ ਲੱਛਣ ਹੈ ਕਹਿੰਦੇ ਮੈਤਰੀ ਗੁਣ ਦੇ ਲੱਛਣ ਨਿਸ਼ਾਨੀਆਂ ਹਨ ਕਰੇ ਨਾ ਕੇ ਮਨ ਭੰਗ ਕਿਸੇ ਦੇ ਵੀ ਮਨ ਦੇ ਤਾਂ ਹੀ ਭੰਗ ਨਾ ਉਠਾਉਣਾ ਨਾ ਕਰੇ ਕਿਉਂਕਿ ਨੇਤੇ ਵਿਦਿਆ ਕੈ ਤਨ ਮਾਹੀ ਆਪਣੇ ਤੋਂ ਕੋਈ ਬੰਦਾ ਵਿਦਿਆ ਦੇ ਅੰਦਰ ਜਾਂ ਧਨ ਦੇ ਵਿੱਚ ਕੈ ਬਲ ਵਿਖੇ ਕੇ ਮਤ ਲੱਗ ਆਹੀ ਜਾਂ ਬਲ ਦੇ ਅੰਦਰ ਜਾਂ ਮਤੀ ਦੇ ਅੰਦਰ ਆਪਣੇ ਤੋਂ ਛੋਟਾ ਹੋਵੇ ਕੋ ਅਨਜੀ ਆਤਮਜ ਨਿਆਈ ਕਹਿੰਦੇ ਉਸ ਨੂੰ ਛੋਟੇ ਭਰਾ ਤੇ ਆਤਮਜ ਪੁੱਤਰ ਵਾਂਗ ਸਹਾਇਤਾ ਦੇ ਤੀ ਦੇ ਵਧਾਈ ਜਿਹੜਾ ਉਸਦੀ ਸਹਾਇਤਾ ਕਰਕੇ ਤੇ ਉਸਦੇ ਗੁਣ ਨੂੰ ਤੇ ਉਸਦੀ ਵਿਦਿਆ ਨੂੰ ਵਧਾ ਦਿੰਦਾ ਹੈ ਲਾਕੋ ਦੇਖ ਗਰਬ ਨਾ ਕਰਹੀ ਫੇਰ ਛੋਟੇ ਨੂੰ ਵੇਖ ਕੇ ਹੰਕਾਰ ਨਹੀਂ ਕਰਨਾ ਕਿ ਮੇਰੇ ਤੋਂ ਬਹੁਤ ਛੋਟਾ ਹੈ ਇਸ ਕੋ ਕਰਨਾ ਸੰਤ ਉਚਰਹੀ ਇਸ ਦੇ ਤਾਂ ਹੀ ਜਿਹੜੇ ਸੰਤ ਲੋਕ ਨੇ ਕਰਨਾ ਜਿਹੜੀ ਹੈ ਉਚਾਰਨ ਕਰਦੇ ਹਨ ਇਹ ਹੋਰ ਧਰੇ ਤਰ ਹੈ ਪਵਸੇਈ ਜਿਹੜੇ ਐਸੇ ਕਰਨਾ ਦੇ ਗੁਣ ਨੂੰ ਧਾਰ ਲੈਂਦੇ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਸਰਮੁਖ ਨਾਮ ਲਖੋ ਤੁਮ ਤੇਈ ਮਹਾਰਾਜ ਕਹਿੰਦੇ ਉਹਨਾਂ ਦਾ ਨਾਮ ਸਰਮੁਖ ਹੈ ਤੇ ਚੰਗੀ ਤਰ੍ਹਾਂ ਸਮਝ ਲਵੋ ਨਿਤੇ ਵਿਦਿਆ ਕੈ ਗੁਣ ਮਾਹੀ ਆਪਣੇ ਤੋਂ ਵਿਦਿਆ ਦੇ ਅੰਦਰ ਤੇ ਜਾਂ ਗੁਣ ਦੇ ਵਿੱਚ ਦੀਰਘ ਦੇਖ ਦੁਖੇ ਨਾ ਕਾਹੀ ਵੱਡਾ ਦੇਖ ਕੇ ਤੇ ਕਿਸੇ ਤਰ੍ਹਾਂ ਵੀ ਦੁਖੀ ਨਾ ਹੋਣਾ ਕਰੇ ਦਿਲ ਕੀ ਸੁਣੇ ਪ੍ਰਸੰਸਾ ਕਾਨ ਜੇ ਕਰਕੇ ਉਹਨਾਂ ਦੀ ਮਹਿਮਾ ਪ੍ਰਸੰਸਾ ਨੂੰ ਆਪਣੇ ਕੰਨਾਂ ਦੇ ਸੁਣੇ ਅਰਖਮਾਨ ਹੋਏ ਸੇ ਮਤਵਾਨ ਤੇ ਜਿਹੜੇ ਖੁਸ਼ ਹੁੰਦੇ ਨੇ ਤੇ ਮਹਾਰਾਜ ਕਹਿੰਦੇ ਉਹੀ ਚੰਗੀ ਬੁੱਧੀ ਵਾਲੇ ਹਨ ਗੁਰਾ ਜੈਸੇ ਪਿਤ ਗੁਰਦੇਵ ਕੋ ਤੇ ਜਿਸ ਤਰ੍ਹਾਂ ਪਿਤਾ ਤੇ ਗੁਰਦੇਵ ਗੁਰੂ ਦੇ ਤਾਏ ਸੁਣ ਜਸ ਹੋਤ ਪ੍ਰਸਾਨਾ ਇਸ ਤਰ੍ਹਾਂ ਸੁਣ ਕੇ ਜਸ ਤੇ ਪ੍ਰਸੰਨ ਹੋਈ ਦਾ ਆਪਣੇ ਗੁਰੂ ਦੇ ਜਸ ਨੂੰ ਪਿਤਾ ਦੇ ਜਸ ਨੂੰ ਸੁਣ ਕੇ ਹਰ ਕੇ ਮੁਖ ਸੇ ਕਹਾ ਇਸ ਤਰ੍ਹਾਂ ਜਿਹੜੇ ਖੁਸ਼ ਹੋ ਕੇ ਆਪਣੇ ਮੁਖੋਂ ਕਹਿੰਦੇ ਨੇ ਵਾਹਿਗੁਰੂ ਨਿਤ ਧਨ ਇਹ ਵਾਹਿਗੁਰੂ ਪਰਮੇਸ਼ਰ ਤੂੰ ਹਮੇਸ਼ਾ ਧਨ ਹੈ ਕਿਉਂਕਿ ਜਿਨ ਇਸ ਵਿਦ ਕੋ ਮਨ ਜੀ ਉਪਾਏ ਇਹ ਵਾਹਿਗੁਰੂ ਐਸਾ ਜਿਸ ਨੇ ਇਸ ਤਰ੍ਹਾਂ ਦੇ ਮਨੁੱਖ ਪ੍ਰਤਾਪੀ ਜਿਹੜੇ ਪੈਦਾ ਕੀਤੇ ਨੇ ਧਨ ਪ੍ਰਭੂ ਕੈ ਉਰ ਹਰ ਖਾਏ ਵਾਹਿਗੁਰੂ ਪਰਮੇਸ਼ਰ ਵੀ ਧੰਤਾ ਯੋਗ ਉਹ ਵੀ ਧੰਤਾ ਯੋਗ ਨੇ ਤੇ ਇਸ ਤਰ੍ਹਾਂ ਆਪਣੇ ਮਨ ਵਿੱਚ ਪ੍ਰਸੰਨ ਹੋਵੇ ਮਸਲਾ ਕੇ ਨਿੰਦਾ ਨਾ ਚਾਹੇ ਇਸ ਤਰ੍ਹਾਂ ਆਪਣੇ ਮਨ ਦੇ ਜਾਣ ਕੇ ਤੇ ਨਿੰਦਿਆ ਨਾ ਚਾਹੇ ਮੁਕਤਾ ਨਾਮ ਇਸੀ ਕੋ ਇਸੇ ਦਾ ਨਾਮ ਹੀ ਮੁਕਤਾ ਹੈ ਪ੍ਰਸੰਨਤਾ ਕਹਿੰਦੇ ਹਨ ਆਪਣੀ ਮਤੀ ਗੁਰ ਬਾਚੀ ਅਨੁਸਾਰੀ ਆਪਣੀ ਮਤੀ ਦੇ ਤਾਂ ਗੁਰੂ ਦੇ ਬਚਨਾਂ ਦੇ ਅਨੁਸਾਰ ਉਪਦੇਸ਼ ਸਭ ਨੂੰ ਸੁਖਕਾਰੀ ਸਾਰਿਆਂ ਦੇ ਤਾਂ ਸੁਖ ਨੂੰ ਕਰਨ ਵਾਲਾ ਉਪਦੇਸ਼ ਦੇਣਾ ਕਰੇ ਗੁਰੂ ਦੇ ਬਚਨਾਂ ਦੇ ਅਨੁਸਾਰ ਜੋ ਮੰਨੇ ਤੇ ਕੋਪਨ ਦੇਹੇ ਜਿਹੜਾ ਇਸ ਉਪਦੇਸ਼ ਨੂੰ ਮੰਨਣਾ ਕਰੇ ਤੇ ਉਸੇ ਨੂੰ ਉਪਦੇਸ਼ ਦੇਣਾ ਕਰੇ ਅਨ ਮੰਨੇ ਸੋ ਹਟ ਨਾ ਕਰੇ ਜਿਹੜਾ ਮਨੁੱਖ ਉਪਦੇਸ਼ ਨੂੰ ਮੰਨਦਾ ਨਹੀਂ ਤੇ ਉਹਦੇ ਮਨਾਉਣ ਦਾ ਹਟ ਨਾ ਕਰੇ ਕਿ ਇਹਨੂੰ ਜ਼ਰੂਰ ਮੈਂ ਲਾਜ਼ਮੀ ਮਨਾ ਕੇ ਰਹਾਂਗਾ ਬੜਾ ਲਬਦ ਇਸ ਕੀ ਨਹੀਂ ਤੇ ਆਪਣੇ ਮਨ ਵਿੱਚ ਸਮਝ ਲਵੇ ਤੇ ਇਹਦੇ ਕਰਮਾਂ ਦੇ ਅਜੇ ਫਰਕ ਹੈ ਤੇ ਇਹਦੀ ਅਜੇ ਪਰਾ ਲਬਦ ਨਹੀਂ ਹੈ ਅਸ ਜਾਣੇ ਮਨ ਮਾਹੇ ਇਸ ਤਰ੍ਹਾਂ ਆਪਣੇ ਮਨ ਦੇ ਸਮਝਣਾ ਕਰੇ ਕੁਛ ਤੇ ਸੋ ਹੋਏ ਰਹੇ ਤੇ ਉਸ ਦੇ ਨਾਲ ਮਹਾਰਾਜ ਕਹਿੰਦੇ ਚੌਪੀ ਧਾਰ ਕੇ ਰਹਿਣਾ ਕਰੇ ਨਾਮ ਅਪੇਖਿਆ ਤਾਂ ਹੈ ਇਸ ਗੁਣ ਦੇ ਤਾਂ ਹੀ ਅਪੇਖਿਆ ਕਹਿੰਦੇ ਨੇ ਅਪੇਖਿਆ ਨਾਮ ਹੈ ਇਸ ਗੁਣ ਦਾ ਚੌਪੀ ਮਨ ਕੋ ਕਹੋ ਕਰਤ ਹੈ ਜੋਈ ਜਿਹੜੇ ਬਾਈ ਆਪਣੇ ਮਨ ਦਾ ਕਿਹਾ ਹੋਇਆ ਹੀ ਹਮੇਸ਼ਾ ਵਾਸਤੇ ਮੰਨਦੇ ਨੇ ਕਰਦੇ ਹਨ ਵੈ ਮਨਮੁਖ ਪਹਿਚਾਨੋ ਸੋਈ ਮਹਾਰਾਜ ਕਹਿੰਦੇ ਉਹਨਾਂ ਨੂੰ ਹੀ ਮਨਮੁਖ ਕਹੀਦਾ ਤੇ ਪਹਿਚਾਣ ਲਓ ਆਪਣੇ ਮਨ ਦੇ ਵਿੱਚ ਤੇ ਤੁਮ ਸਨਮੁਖ ਨਿਤ ਰਹੀਏ ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਹਮੇਸ਼ਾ ਹੀ ਗੁਰੂ ਦੇ ਸਨਮੁਖ ਰਹਿਣਾ ਕਰੋ ਨਾਮ ਚਤਾਰ ਊਚ ਪਦ ਲਈਏ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਕੇ ਤੇ ਉੱਚੀ ਜਿਹੜੀ ਪਦਵੀ ਉਸ ਨੂੰ ਪ੍ਰਾਪਤ ਕਰੋ ਇਸ ਵਿੱਚ ਸ੍ਰੀ ਗੁਰੂ ਬਾਚੀ ਸੋ ਸੁਣਕੇ ਇਸ ਤਰ੍ਹਾਂ ਦੇ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਚਨਾਂ ਨੂੰ ਸੁਣ ਕੇ ਵਰਤੋ ਤਿਸ ਪ੍ਰਕਾਰ ਮਨ ਗੁਣਕੈ ਉਸੇ ਤਰ੍ਹਾਂ ਹੀ ਵਰਤਣਾ ਕੀਤਾ ਆਪਣੇ ਮਨ ਦੇ ਗੁਣ ਵਿਚਾਰ ਕੇ ਕਾਲੂ ਕੋ ਭਾਨ ਸਤਾਰੇ ਇਸ ਤਰ੍ਹਾਂ ਭਾਈ ਕਾਲੂ ਜਿਹੜਾ ਸਿੱਖ ਸੀ ਦਾ ਨਿਸ਼ਪਰਪੰਚ ਤੋਂ ਤਰਨਾ ਹੋ ਗਿਆ ਮਿਲੇ ਜੋ ਨਰ ਤੇ ਸੋ ਪਿਓ ਧਾਰੇ ਜਿਹੜੇ
ਐਸੇ ਮਹਾਂਪੁਰਸ਼ ਦੀ ਸੰਗਤ ਦੇ ਚ ਆ ਕੇ ਮਿਲੇ ਤੇ ਉਹਨਾਂ ਦਾ ਵੀ ਉਧਾਰ ਕਰ ਦਿੱਤਾ। ਭਾਉ ਧਾਰ ਜੇ ਨਾਰੀ ਗੁਰਦਰਸੇ, ਪ੍ਰੇਮ ਧਾਰ ਕੇ ਜਿਹੜੇ ਵੀ ਪੁਰਸ਼ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ, ਬਚਨ ਸੁਣੇ ਪਦ ਪੰਕਜ ਪਰਸੇ, ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਦੇ ਨੇ ਤੇ ਚਰਨਾਂ ਕਮਲਾਂ ਦੀ ਸ਼ੋਭ ਪ੍ਰਾਪਤ ਕਰਦੇ ਹਨ। ਉਧਰੇ ਸਾਂਗੀ ਬ੍ਰਿੰਦ ਉਧਾਰੇ, ਮਹਾਰਾਜ ਕਹਿੰਦੇ ਉਹ ਵੀ ਉਧਰ ਗਏ ਤੇ ਉਹਨਾਂ ਨੇ ਆਪਣੀ ਸੰਗਤ ਦੇ ਕੇ ਤੇ ਸਾਰਿਆਂ ਨੂੰ ਦੂਜਿਆਂ ਨੂੰ ਵੀ ਉਧਾਰ ਦਿੱਤਾ। ਪਰ ਕਵ ਸਦੀ ਬਲਹਾਰੇ, ਐਸੇ ਗੁਰਸਿੱਖਾਂ ਤੋਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮੈਂ ਹਮੇਸ਼ਾ ਵਾਸਤੇ ਬਲਿਹਾਰ ਕਰਵਾਉਣ ਜਾਂਦਾ ਹਾਂ। ਕੋਣ ਇੱਕ ਦਿਨ ਧਰਮਸ਼ਾਲਾ ਮਾਹੀ, ਫੇਰ ਸਾਧ ਸਿੰਘ ਜੀ ਇੱਕ ਦਿਨ ਕਰਤਾਰਪੁਰ ਸਾਹਿਬ ਧਰਮਸ਼ਾਲਾ ਦੇ ਵਿੱਚ ਬੈਠੇ ਪ੍ਰਭੂ ਸਿੱਖ ਬਹੁ ਜਾਹੀ, ਸਤਿਗੁਰੂ ਮਹਾਰਾਜ ਜੀ ਬੈਠੇ ਨੇ ਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਹਨ। ਨਿਰਦਲ ਮਦਰ ਕੀਰਤਨ ਤੁਨ ਹੋਤੀ, ਨਿਰਦਲ ਕੋਮਲ ਤੇ ਮਦਰ ਮਿਠਾਸ ਦੇ ਸਹਿਤ ਕੀਰਤਨ ਦੀ ਧੁਨੀ ਆਵਾਜ਼ ਹੋ ਰਹੀ ਹੈ। ਸੰਤ ਸਰੋਤ ਹੋਵੇ ਸਮਾਤੀ ਅਦੋਤੀ, ਜਿਹੜੇ ਵੀ ਕੰਨਾਂ ਦੇ ਸਰੋਤੇ ਸੁਣ ਰਹੇ ਨੇ ਤੇ ਉਹਨਾਂ ਦੇ ਅੰਦਰ ਸ੍ਰੇਸ਼ਟ ਮਤ ਜਿਹੜੀ ਉਹ ਪ੍ਰਗਟ ਹੋ ਰਹੀ ਹੈ। ਦੂਰਾ ਖੱਤਰੀ ਭਗਤਾ ਓਹਰੀ, ਖੱਤਰੀਆਂ ਦੀ ਜਾਤੀ ਦੇ ਚੋਂ ਤੇ ਭਾਈ ਭਗਤਾ ਓਹਰੀ, ਜਾਪੂ ਬੰਸੀ ਦੋਏ, ਜਾਪੂ ਬੰਸੀ ਤੇ ਦੋ ਸਿੱਖ ਸਨ, ਬੰਦਨ ਕਰ ਹਰਖੇ ਹਿਰਦੇ, ਸਤਿਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਆਪਣੇ ਹਿਰਦੇ ਚ ਬਹੁਤ ਪ੍ਰਸੰਨ ਹੋਏ, ਮਗਨ ਪ੍ਰੇਮ ਮੈਂ ਹੋਏ, ਪ੍ਰੇਮ ਦੇ ਅੰਦਰ ਮਗਨ ਮਸਤ ਹੋ ਕੇ, ਚੌਪੀ ਠਾਂਡੇ ਹੋਏ ਕੀਨ ਅਰਦਾਸ, ਖੜ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਹੱਥ ਜੋੜ ਕੇ ਬੇਨਤੀ ਕੀਤੀ, ਉਹ ਦਰਸ਼ਨ ਗਿਆਨ ਪ੍ਰਕਾਸ਼ੀ, ਮਹਾਰਾਜ ਤੁਹਾਡਾ ਜਿਹੜਾ ਦਰਸ਼ਨ ਹੈ ਇਹ ਤਾਂ ਗਿਆਨ ਦੇ ਤਾਈ ਪ੍ਰਗਟ ਕਰਨ ਵਾਲਾ ਹੈ। ਵਿਦਿਆ ਵਿਖੇ ਨਿਪੁੰਨ ਜੋ ਨਰ ਹੈ, ਜਿਹੜੇ ਵੀ ਪੁਰਸ਼ ਵਿਦਿਆ ਦੇ ਚ ਬਹੁਤ ਹੀ ਨਿਪੁੰਨ ਹਨ, ਸਿਆਣੇ ਹਨ, ਸਦਾ ਵਿਚਾਰ ਕਰਦ ਤੇ ਤਰ ਹੈ, ਸਦਾ ਵਾਸਤੇ ਵਿਚਾਰ ਕਰਦੇ ਆਤਮਾ ਪਰਾਤਮਾ ਦੀ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ। ਹਮਕੋ ਵਿਦਿਆਹੀਨ ਪਜਾਨੋ, ਤੇ ਮਹਾਰਾਜ ਅਸੀਂ ਤਾਂ ਵਿਦਿਆ ਪੜ੍ਹੇ ਨਹੀਂ ਤੇ ਵਿਦਿਆ ਤੋਂ ਹੀਣੇ ਹਾਂ, ਅਨਪੜ੍ਹਾਂ ਪਹਿਚਾਣ ਲਓ, ਜਿਉਂ ਉਧਾਰ ਹੋਇਆ ਤਿਉਂ ਸੋਭ ਖਾਨੋ, ਜਿਸ ਤਰ੍ਹਾਂ ਸੱਚੇ ਪਾਤਸ਼ਾਹ ਸਾਡਾ ਉਧਾਰ ਹੋ ਜਾਵੇ ਤੇ ਉਸੇ ਤਰ੍ਹਾਂ ਆਪ ਉਪਦੇਸ਼ ਦੇਣਾ ਕਰੋ। ਸੁਣ ਕੇ ਬੋਲੇ ਸ੍ਰੀ ਗੁਰੂ ਤਬਹੀ, ਸੁਣ ਕੇ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ, ਮਨੋ ਕਰਮ ਤਜੋ ਜੇ ਸਭ ਹੀ, ਕਹਿੰਦੇ ਭਾਈ ਜਿਹੜੇ ਬੇਮੁਖਾਂ ਵਾਲੇ ਕਰਮ ਨੇ ਖੋਟੇ ਉਹਨਾਂ ਨੂੰ ਛੱਡ ਦਿਓ ਸਾਰੇ, ਸਭ ਹੋਵੇ ਕਲਿਆਣ ਤੁਮਾਰਾ, ਮਹਾਰਾਜ ਕਹਿੰਦੇ ਤੁਹਾਡੀ ਕਲਿਆਣ ਹੋ ਸਕਦੀ ਹੈ, ਹੋਰ ਨਾ ਪਾਵੇ ਉਹ ਸੰਸਾਰਾ, ਤੇ ਮੁੜ ਕੇ ਸੰਸਾਰ ਦੇ 84 ਲੱਖ ਦੇ ਚੱਕਰ ਨੂੰ ਨਹੀਂ ਪ੍ਰਾਪਤ ਹੋਵੋਗੇ। ਯਕੀਨ ਤਿੰਨ ਦਵੈ ਕਰ ਜੋਰ, ਫੇਰ ਇਹਨਾਂ ਸਿੱਖਾਂ ਨੇ ਦੋਵੇਂ ਹੱਥ ਜੋੜ ਕੇ ਪ੍ਰਸ਼ਨ ਕੀਤਾ, ਮਨਮੁਖ ਕਰਮ ਕਹੋ ਜੋ ਸ਼ੋਰ ਹੈ, ਮਹਾਰਾਜ ਮਨਮੁਖਾਂ ਦੇ ਜਿਹੜੇ ਖੋਟੇ ਕਰਮ ਨੇ ਉਹਨਾਂ ਦਾ ਨਿਰਣਾ ਕਰਕੇ ਦੱਸੋ ਜਿਹੜੇ ਅਸੀਂ ਛੱਡ ਦੇਈਏ। ਤਬ ਸ੍ਰੀ ਗੁਰ ਸਗਰੀ ਵਿਦ ਵਰਣੀ, ਉਦੋਂ ਸਤਿਗੁਰੂ ਮਹਾਰਾਜ ਜੀ ਨੇ ਸਾਰੇ ਵਿਧੀ ਢੰਗ ਤਰੀਕਾ ਜਿਹੜਾ ਅਸੀਂ ਵਰਣਨ ਕੀਤਾ, ਹਿਰਦੇ ਈਰਖਾ ਸਭ ਸੋ ਕਰਨੀ, ਜਿਹੜੀ ਹਿਰਦੇ ਸਾਰਿਆਂ ਦੇ ਨਾਲ ਮਹਾਰਾਜ ਕਹਿੰਦੇ ਈਰਖਾ ਕਰਨੀ ਹੈ, ਜਗਤ ਪਦਾਰਥੀ ਸੁਖ ਜੇ ਸਾਰੇ, ਜਗਤ ਦੇ ਪਦਾਰਥ ਤੇ ਜਿਤਨੇ ਸਾਰੇ ਸੁਖ ਹਨ, ਸਭ ਕੇ ਮਿਟੀ ਕਰ ਹੋਏ ਹਮਾਰੇ, ਜਿਸ ਮਨੁੱਖ ਦੀ ਐਸੀ ਭਾਵਨਾ ਹੈ ਵੀ ਸਾਰਿਆਂ ਦੇ ਪਦਾਰਥ ਤੇ ਸੁਖ ਮਿਟ ਕੇ ਤੇ ਮੇਰੇ ਘਰ ਦੇ ਚੇ ਪਦਾਰਥ ਸਾਰੇ ਤੇ ਸੁਖ ਆ ਜਾਣ, ਸਦਨ ਬਪੂਤ ਅਪਰੇ ਕੋ ਦੇਖੀ, ਦੂਜੇ ਦੇ ਘਰ ਦੇ ਪਦਾਰਥ ਮਾਇਆ ਤੇ ਭੂਤ ਦੀ ਮਾਲ ਹਾਥੀ ਘੋੜੇ ਵੇਖ ਕੇ, ਪੀੜਾ ਪਾਵ ਹੈ ਹਿਰਦੇ ਵਸੇਖੀ, ਹਿਰਦੇ ਚ ਬਹੁਤ ਸਾਰੀ ਪੀੜਾ ਤਕਲੀਫ ਹੋ ਰਹੀ ਉਸ ਬੰਦੇ ਦੇ, ਸਰਵਨਰਨ ਕੋ ਸ਼ਤਰੂ ਜਨ ਹੈ, ਸਾਰੇ ਆਪਣੇ ਨਾਲ ਦੇ ਸਾਥੀਆਂ ਨੂੰ ਤੇ ਆਪਣੇ ਦੁਸ਼ਮਣ ਜਾਣਦਾ ਹੈ, ਸੰਗ ਨਾ ਕਿਸੇ ਭਲਾਈ ਠਾਨ ਹੈ, ਕਿਸੇ ਵੀ ਬੰਦੇ ਦੇ ਨਾਲ ਕੋਈ ਭਲਾਈ ਨਹੀਂ ਕਰਦਾ, ਦੂਰਾ ਇੱਕ ਮਨਮੁਖੀ ਕੋ ਕਰਮ ਇਹ, ਮਹਾਰਾਜ ਕਹਿੰਦੇ ਇੱਕ ਕਰਮ ਤਾਂ ਇਹ ਹੈ ਮਨਮੁਖ ਬੰਦੇ ਦਾ, ਜਾਗੋ ਉਰਤੇ ਸੋਏ, ਇਸ ਨੂੰ ਆਪਣੇ ਹਿਰਦੇ ਦੇ ਛੱਡਣਾ ਕਰੋ, ਸਰ ਹਉਮੈ ਮਨ ਕਰੈ, ਦੂਜਾ ਜਿਹੜਾ ਮਨ ਇਹ ਹਮੇਸ਼ਾ ਵਾਸਤੇ ਹਉਮੈ ਕਰਦਾ ਹੈ, ਸਭ ਕੋ ਨਿਰਦੈ ਹੋਏ, ਸਾਰਿਆਂ ਨੂੰ ਨਿਰਦਈ ਬਣ ਕੇ ਤੇ ਆਪਣੀ ਹਉਮੈ ਦੇ ਚੇ ਤੁਰਿਆ ਫਿਰਦਾ ਹੈ, ਚੌਪੀ ਜੇ ਨਿਜ ਤੇ ਘੱਟ ਦੇਖੇ ਤੇਈ, ਜੇ ਕਿਸੇ ਨੂੰ ਵੀ ਆਪਣੇ ਗੁਣ ਤੇ ਪਦਾਰਥਾਂ ਦੇ ਘੱਟ ਵੇਖਦਾ ਹੈ, ਏਕੋ ਮਤ ਨੇ ਕੈਸੇ ਦੇਈ, ਉਹਨੂੰ ਚੰਗੀ ਸਿੱਖਿਆ ਕਦੇ ਵੀ ਨਹੀਂ ਦਿੰਦਾ ਹੈ, ਹਾਸੀ ਕਰੇ ਧਰੇ ਹੰਕਾਰਾ, ਆਪਣੇ ਗੁਣਾਂ ਤੇ ਪਦਾਰਥਾਂ ਦਾ ਹੰਕਾਰ ਧਾਰ ਕੇ ਉਸ ਨੂੰ ਮਖੌਲ ਕਰਦਾ ਹੈ, ਇਹ ਉਹਨਾਂ ਸਮ ਬੁੱਧ ਉਦਾਰਾ, ਕਹਿੰਦੇ ਇਹ ਕਿਹੜਾ ਮੇਰੀ ਬੁੱਧੀ ਦੇ
ਇਹ ਸਦਰਸ ਹੀ ਹੈ, ਭਾਵ ਇਹ ਕਿਹੜਾ ਮੇਰੀ ਬੁੱਧੀ ਵਰਗਾ, ਇਹਦੀ ਬੁੱਧੀ ਕਮਜ਼ੋਰ ਹੈ। ਤੀਜੀ ਨਿੰਦਾ ਪਹਿਚਾਣ, ਤੇ ਤੀਜੀ ਮਹਾਰਾਜ ਕਹਿੰਦੇ ਨਿੰਦਿਆ ਹੈ ਪਹਿਚਾਣ ਲੋ, ਜਾਗਦੀ ਜੀ ਇਹ ਕਬ ਨਾ ਬਖਾਨ, ਇਸ ਨੂੰ ਵੀ ਛੱਡ ਦਿਓ ਤੇ ਕਦੇ ਵੀ ਉਚਾਰਨ ਨਾ ਕਰੋ। ਯੋਗ ਸੇਖ ਆਪਣੇ ਤੇ ਹੋਏ, ਜਿਹੜਾ ਗੁਣ ਵਿੱਚ ਪਦਾਰਥਾਂ ਦੇ ਚਾਪਣੇ ਤੋਂ ਵਿਸ਼ੇਖ ਵੱਡਾ ਹੋਵੇ, ਕੀ ਉਸਤਤ ਕਰ ਹੈ ਕੋਏ, ਤੇ ਜੇ ਕੋਈ ਉਸਦੀ ਉਸਤਤ ਤੇ ਮਹਿਮਾ ਉਚਾਰਨ ਕਰਦਾ ਹੈ, ਦੋਹਰਾ ਸੁਣ ਕਰ ਨਹੀਂ ਸਹਾਰਨੀ, ਇਹ ਬੰਦਾ ਜਿਹੜਾ ਤੇ ਸੁਣ ਕੇ ਉਹਦੀ ਮਹਿਮਾ ਨੂੰ ਨਹੀਂ ਸਹਾਰਦਾ, ਜਰ ਬਰ ਤੇ ਜਾਏ ਉਹਦੀ ਮਹਿਮਾ ਸੁਣ ਕੇ ਤੇ ਸੜ ਵੱਲ ਜਾਂਦਾ ਹੈ। ਦੇਖੋ ਸੋ ਮੇਰੋ ਹੈ, ਦੇਖਿਆ ਹੋਇਆ ਮੇਰਾ ਉਹ ਚੰਗੀ ਤਰ੍ਹਾਂ, ਇਸ ਤਰ੍ਹਾਂ ਸਾਧ ਸੰਗ ਜੀ ਉਹ ਬੰਦਾ ਨਿੰਦਿਆ ਕਰਦਾ ਹੈ। ਚੌਪੀ ਸਮਸੋ ਗਰਭ ਅਸੂਆ ਧਰਹੀ, ਜਿਹੜਾ ਕੋਈ ਬਰਾਬਰ ਦਾ ਹੈ ਤੇ ਉਹਦੇ ਨਾਲ ਹੰਕਾਰ ਤੇ ਈਰਖਾ ਧਾਰਦਾ ਹੈ, ਉਹ ਨਰ ਕਿਆ ਹਾਂ ਗੁਣ ਭਰਪੂਰ ਹੀ, ਉਹ ਬੰਦਾ ਕੀ ਹੈ ਮੇਰੇ ਸਾਹਮਣੇ, ਮੈਂ ਸਾਰੇ ਗੁਣਾਂ ਦੇ ਨਾਲ ਭਰਿਆ ਹੋਇਆ ਹਾਂ। ਚੌਥੀ ਹੱਠ ਬਿਰਤੀ ਅਸ ਜੋਏ, ਚੌਥੀ ਹੱਠ ਬਿਰਤੀ ਹੈ ਤੇ ਉਸਦੇ ਵੀ ਲਕਸ਼ਣ ਸੁਣਨਾ ਕਰੋ, ਜੇ ਉਪਦੇਸ਼ ਨਾ ਮੰਨੇ ਕੋਏ, ਜੇ ਕੋਈ ਉਪਦੇਸ਼ ਦਿੰਦਾ ਵੀ ਹੈ ਉਸ ਨੂੰ ਤੇ ਇਸ ਵਾਸਤੇ ਨਹੀਂ ਮੰਨਦਾ ਅੱਗੇ ਕੋਈ, ਸਦਬ ਹੱਠ ਕਰੀ ਕਰ ਪੁਨ ਕਹੀ, ਜਿਹਦਾ ਉਪਦੇਸ਼ ਕੋਈ ਨਹੀਂ ਮੰਨਦਾ ਤੇ ਤਾਂ ਵੀ ਹੱਠ ਕਰਕੇ ਉਹਨੂੰ ਉਪਦੇਸ਼ ਦੇਣ ਦੀ ਮੁੜ ਮੁੜ ਕੇ ਕੋਸ਼ਿਸ਼ ਕਰਦਾ ਹੈ। ਯਤਰ ਕਰਮ ਮਨ ਮੁੱਖ ਕੇ ਅਹੀ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਚਾਰ ਕਰਮ ਜਿਹੜੇ ਮਨਮੁਖ ਬੰਦੇ ਦੇ ਹਨ, ਜਿਨਕੋ ਚਾਹ ਕਰੋ ਤੁਮੇ ਐਸੇ, ਮਹਾਰਾਜ ਕਹਿੰਦੇ ਨਾ ਕਰਮਾਂ ਨੂੰ ਛੱਡ ਕੇ ਤੇ ਤੁਸੀਂ ਇਸ ਤਰ੍ਹਾਂ ਕਰਨਾ ਕਰੋ, ਸਿਸਰ ਵਿਖੇ ਤਾਰੇ ਪਤਰਨ ਜੈਸੇ, ਜਿਸ ਤਰ੍ਹਾਂ ਕਹਿੰਦੇ ਤੇ ਸਿਸਰ ਨਾਮ ਪਤਝੜ ਰੋਦੇ ਚ ਜਿਵੇਂ ਪੱਤਰੇ ਬਿਰਛ ਦੇ ਝੜ ਜਾਂਦੇ ਨੇ, ਤੇ ਇਸ ਤਰ੍ਹਾਂ ਮਨਮੁਖਤਾਈ ਵਾਲੇ ਕਰਮਾਂ ਨੂੰ ਛੱਡ ਦਿਓ, ਦੋਹਰਾ ਸਿੱਖਣ ਦਾ ਸਰੂਪ ਜਾਨਣਾ ਕਰੇ, ਧਰਮ ਕਿਰਤ ਕਰ ਜਗਤ ਮਹਾਂ, ਆਪਣੇ ਧਰਮ ਦੀ ਕਿਰਤ ਜਿਹੜੀ ਹੈ ਸੰਸਾਰ ਦੇ ਚ ਕਰਕੇ, ਆਵੇ ਵੰਡ ਸਜੀਵ ਤੇ ਉਹਦੇ ਚੋਂ ਵੰਡ ਕੇ ਹਮੇਸ਼ਾ ਵਾਸਤੇ ਛਕਣਾ ਕਰੇ, ਅਸ ਉਪਦੇਸ਼ ਗੁਰੂ ਕੋ ਸੁਣਿਓ, ਐਸਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਣ ਕੇ, ਮੰਨਿਓ ਮਨ ਕੀਨੋ ਸਭ ਗੁਣ ਕੈ, ਆਪਣੇ ਮਨ ਦੇ ਚ ਤੇ ਮੰਨਣ ਕੀਤਾ ਇਸ ਉਪਦੇਸ਼ ਨੂੰ ਸ੍ਰੇਸ਼ਟ ਗੁਣ ਵਿਚਾਰ ਕੇ, ਵਰਤਣ ਲੱਗੇ ਜਗਤ ਮੈਂ ਐਸੇ, ਸਾਰੇ ਸੰਸਾਰ ਦੇ ਇਸ ਤਰ੍ਹਾਂ ਵਰਤਣ ਲੱਗ ਪਏ, ਕੇਵਲ ਹੋਵੇ ਪ੍ਰਾਪਤ ਜੈਸੇ, ਜਿਸ ਤਰ੍ਹਾਂ ਵੱਡੀ ਜਿਹੜੀ ਮੁਕਤੀ ਹੈ ਤੇ ਉਹਦੀ ਪ੍ਰਾਪਤੀ ਹੋ ਜਾਵੇ ਆਤਮਾ ਪ੍ਰਾਤਮਾ ਦੀ ਏਕਤਾ ਰੂਪ, ਸਿੰਹਾਂ ਗੱਜਣ ਦੋਨੋਂ ਭਾਈ, ਇੱਕ ਭਾਈ ਸਿੰਹਾਂ ਤੇ ਭਾਈ ਗੱਜਣ ਇਹ ਦੋਵੇਂ ਭਰਾ ਸਨ, ਆਏ ਸਤਿਗੁਰ ਸਰਣਾਈ, ਇਹ ਵੀ ਕਰਤਾਰਪੁਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ, ਦਰਸ਼ਨ ਦੇਖੋ ਸ੍ਰੀ ਸੁਖ ਕੰਧਾ, ਸੁਖਾਂ ਦੇ ਬੱਦਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਵੇਖ ਕੇ, ਕਈ ਬੰਦਨਾ ਪਦ ਅਰਬਿੰਦਾ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕੀਤੇ, ਜੋਰਾ ਕਰ ਜੋਰੇ ਠਾਂਡੇ ਭਏ, ਦੋਵੇਂ ਹੱਥ ਜੋੜ ਕੇ ਸਾਧ ਸੰਗ ਜੀ ਖੜੇ ਹੋ ਗਏ, ਅਜਕੀਨੀ ਅਰਦਾਸ, ਇਸ ਤਰ੍ਹਾਂ ਅਰਦਾਸ ਬੇਨਤੀ ਕੀਤੀ, ਚਤੁਰ ਪਦਾਰਥ ਦੇਹੋ ਪ੍ਰਾਪੀ, ਮਹਾਰਾਜ ਚਾਰੇ ਜਿਹੜੇ ਪਦਾਰਥ ਨੇ ਤੇ ਆਪ ਕਿਰਪਾ ਕਰਕੇ ਦੇਣਾ ਕਰੋ, ਜਨਮ ਮਰਨ ਘਟ ਫਾਸੀ, ਜੰਮਣ ਤੇ ਮਰਨ ਦੀ ਜਿਹੜੀ ਸਾਡੀ ਫਾਜੀ ਹੈ ਉਹ ਵੀ ਕਿਰਪਾ ਕਰਕੇ ਕੱਟ ਦਿਓ, ਦੋਹਰਾ ਤੁਮਰੇ ਸਰਸ ਨਾ ਅਪਰ ਉਦਾਰਾ, ਤੇ ਮਹਾਰਾਜ ਤੁਹਾਡੇ ਸਦਰਸ ਹੋਰ ਕੋਈ ਵੀ ਵੱਡਾ ਦਾਤਾ ਨਹੀਂ ਹੈ, ਜੋ ਚਜਾ ਚੈ ਸੋ ਦੇਹੋ ਦਾਤਾਰਾ, ਤੇ ਜੋ ਵੀ ਸੱਚੇ ਪਾਤਸ਼ਾਹ ਅਸੀਂ ਮੰਗਦੇ ਹਾਂ ਤੇ ਉਹੀ ਆਪ ਦੇਣਾ ਕਰੋ, ਆਸਾ ਧਰ ਅਰਦਾਸ ਹੀ ਬਖਾਨੀ, ਤੇ ਅਸੀਂ ਆਸਾ ਇੱਛਾ ਧਾਰ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਪੂਰਨ ਕੀਜੈ ਸ੍ਰੀ ਗੁਣ ਖਾਨੀ, ਤੇ ਸ਼੍ਰੋਮਣੀ ਗੁਣਾਂ ਦੀ ਖਾਣੀ ਸਤਿਗੁਰੂ ਮਹਾਰਾਜ ਜੀ ਸਾਡੀ ਇਹ ਬੇਨਤੀ ਆਸਾ ਪੂਰੀ ਕਰ ਦਿਓ, ਸੁਣ ਕੇ ਸ੍ਰੀ ਗੁਰੂ ਗ੍ਰਹਿ ਅਲਾਈ, ਸੁਣ ਕੇ ਸਾਧ ਸੰਗ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੇ, ਲੋਚਨ ਪੂਰਨ ਕਰਨਾ ਸ਼ਾਈ, ਸਤਿਗੁਰਾਂ ਦੇ ਨੇਤਰਾਂ ਦੇ ਕੋਨਿਆਂ ਦੇ ਕਿਰਪਾ ਜਿਹੜੀ ਸੀ ਭਰ ਗਈ, ਸਿਮਰੋ ਵਾਹਿਗੁਰੂ ਲਿਵ ਲਾਈ, ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰੋ, ਵਾਹਿਗੁਰੂ ਨਾਮ ਲਿਵ ਨੂੰ ਲਾ ਕੇ ਪ੍ਰੀਤੀ ਦੇ ਤਾਈ ਲਾ ਕੇ, ਇਹ ਪਦਾਰਥ ਸੋ ਤੁਮ ਤਾਈ, ਵਾਹਿਗੁਰੂ ਪਰਮੇਸ਼ਰ ਆਪ ਹੀ ਤੁਹਾਨੂੰ ਸਾਰੇ ਪਦਾਰਥ ਦੇ ਦੇਵੇਗਾ, ਐਸੋ ਜਾਂ ਕੋ ਅਰਥ ਬਤਾਵੋ, ਕਹਿੰਦੇ ਜੀ ਵਾਹਿਗੁਰੂ ਨਾਮ ਦਾ ਜਿਹੜਾ ਅਰਥ ਹੈ ਉਹ ਸਾਨੂੰ ਕਿਰਪਾ ਕਰਕੇ ਦੱਸੋ, ਜੇ ਉਪਦੇਸ਼ ਭਲੇ ਸਮਝਾਵੋ, ਚੰਗੀ ਤਰ੍ਹਾਂ ਉਪਦੇਸ਼ ਦੇ ਕੇ ਸਾਨੂੰ ਸਮਝਾਉਣਾ ਕਰੋ, ਸ੍ਰੀ ਨਾਨਕ
ਅਰਥ ਬਖਾਨਾ ਸਤਿਸਾਰ ਸੰਗਤ ਜੀ, ਵਾਹਿਗੁਰੂ ਨਾਮ ਦਾ ਅਰਥ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਚਾਰਨ ਕੀਤਾ, ਸਿਮਰੇ ਸੇ ਨਰਮਤਵਾ ਨਾਮ, ਜਿਹੜੇ ਵਾਹਿਗੁਰੂ ਪਰਮੇਸ਼ਰ ਨਾਮ ਨੂੰ ਸਿਮਰਦੇ ਨੇ ਤੇ ਉਹ ਬਹੁਤ ਹੀ ਬੁੱਧੀ ਵਾਲੇ ਹਨ। ਪੂਰਾ ਵਾਸਦੇਵ ਬਾਬਾ ਵਰਨਾ ਕਹਿੰਦੇ ਨੇ ਕਿ ਵਾਸਦੇਵ ਸਤਜੁਗ ਦੇ ਜਪਦੇ ਸੀ ਤੇ ਇਸ ਤੋਂ ਬਾਬਾ ਅੱਖਰ ਜਿਹੜਾ ਹੈ ਹਰਤੇ ਲੀਨਾ, ਬਾਬਾ ਅੱਖਰ ਇੱਥੋਂ ਲਿਆ, ਹਰ ਤੋਂ ਹਰ ਸ਼ਬਦ ਜਿਹੜਾ ਤ੍ਰੇਤੇ ਦੇ ਅੰਦਰ ਜਪਦੇ ਸੀ ਇੱਥੋਂ ਹਾਹਾ ਲੈਣਾ ਕੀਤਾ। ਗੱਗਾ ਗੋਬਿੰਦ ਤੇ ਲਿਓ, ਦੁਆਪਰ ਦੇ ਅੰਦਰ ਗੋਬਿੰਦ ਨਾਮ ਦਾ ਜਾਪ ਕਰਦੇ ਸੀ ਤੇ ਪਹਿਲਾਂ ਗੱਗਾ ਅੱਖਰ ਲੈਣਾ ਕੀਤਾ। ਰਾਰਾ ਰਾਮ ਪ੍ਰਵੀਨਾ, ਕਲਯੁਗ ਦੇ ਅੰਦਰ ਰਾਮ ਨਾਮ ਜਪਦੇ ਸੀ ਤੇ ਰਾਮ ਜਿਹੜਾ ਰਾਮ ਦਾ ਪਹਿਲਾ ਅੱਖਰ ਰਾਰਾ ਜਿਹੜਾ ਸੀ ਉਹ ਲੈਣਾ ਕੀਤਾ। ਜੋਪੀ ਏਕ ਨਾਮ ਤੇ ਚਤੁਰ ਸੌ ਜਾਪੂ, ਕਹਿੰਦੇ ਨੇ ਕਿ ਚਾਰ ਜਾਪਾਂ ਤੋਂ ਤੇ ਇੱਕ ਹੀ ਕਹਿੰਦੇ ਨਾਮ ਜਿਹੜਾ ਬਣ ਗਿਆ ਹੈ ਤੇ ਵਾਸਦੇਵ ਤੋਂ ਵਾਹਵਾ, ਗੋਬਿੰਦ ਤੋਂ ਗੱਗਾ, ਹਰ ਤੋਂ ਹਾਹਾ, ਰਾਮ ਤੋਂ ਰਾਰਾ, ਇਸ ਤਰ੍ਹਾਂ ਵਾਹਿਗੁਰੂ ਜਿਹੜਾ ਨਾਮ ਸੀ ਬਣਾਉਣਾ ਕੀਤਾ। ਤੇ ਹੈ ਇਹ ਅਦਕ ਪ੍ਰਤਾਪ, ਕਹਿੰਦੇ ਨੇ ਕਿ ਜਿਹੜਾ ਇੱਕ ਵਾਰੀ ਜਪ ਲਵੇ ਤੇ ਉਹਦਾ ਚੌਹਾਂ ਯੁੱਗਾਂ ਦਾ ਜਾਪ ਹੋ ਜਾਂਦਾ ਤੇ ਇਸ ਵਾਸਤੇ ਬਹੁਤ ਹੀ ਵੱਡਾ ਵਾਹਿਗੁਰੂ ਨਾਮ ਦਾ ਪ੍ਰਤਾਪ ਹੈ। ਦੂਸਰਾ ਅਰਥ ਔਰ ਸੁਣ ਲੀਜਾ, ਕਹਿੰਦੇ ਦੂਜਾ ਇਸ ਦਾ ਅਰਥ ਹੋਰ ਹੈ ਤੇ ਸੁਣਨਾ ਕਰੋ। ਜਾਪ ਕਰੇ ਸਭ ਸੰਕਟ ਸ਼ੀਜੈ, ਜਿਹੜਾ ਵਾਹਿਗੁਰੂ ਨਾਮ ਦਾ ਜਾਪ ਕਰਦਾ ਤੇ ਉਸਦੇ ਸਾਰੇ ਸੰਕਟ ਸ਼ੀਜੈ ਨਾਸ ਹੋ ਜਾਂਦੇ ਨੇ। ਵਾਹੇ ਨਾਮ ਅਚਰਜ ਪਹਿਚਾਨੋ, ਤੇ ਵਾਹੇ ਦਾ ਅਰਥ ਹੈ ਅਸਚਰਜ। ਇਸ ਵਾਸਤੇ ਅਸਚਰਜ ਜਿਹੜਾ ਸਾਰਿਆਂ ਦਾ ਪ੍ਰਕਾਸ਼ਤਾ ਹੋਵੇ ਤੇ ਸਾਰਿਆਂ ਦਾ ਆਸਰਾ ਹੋਵੇ ਤੇ ਆਪ ਸਵੈ ਜੋਤੀ ਪ੍ਰਕਾਸ਼ ਹੋਵੇ ਤੇ ਆਪ ਨਿਰਾਧਾਰ ਹੋਵੇ। ਕੀ ਸਤਿਆ ਜਗ ਪ੍ਰਗਟਾਨੋ, ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੀ ਚੇਤਨ ਸੱਤਾ ਦੇ ਨਾਲ ਹੀ ਸਾਰਾ ਸੰਸਾਰ ਪ੍ਰਗਟ ਹੋਇਆ ਹੈ। ਇਹ ਸਤਿਆ ਕਰ ਲਿਖਿਤ ਭਾਵ ਹੈ, ਤੇ ਜਿਸ ਵਾਹਿਗੁਰੂ ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਜਿਹੜਾ ਭਾਵ ਸੰਸਾਰ ਜਾਣਿਆ ਜਾਂਦਾ ਉਹਨੇ ਲਿਖੀ ਜਾਏ ਅਨੁਭਵ ਹੈ। ਕਹਿੰਦੇ ਨੇ ਕਿ ਉਹ ਆਪਣੇ ਆਪ ਤੋਂ ਨਹੀਂ ਜਾਣੀ ਜਾਂਦੀ ਜਾਂ ਸੰਸਾਰ ਦੇ ਗਿਆਨ ਕਰਕੇ ਨਹੀਂ ਜਾਣੇ ਜਾਂਦੇ ਤੇ ਉਹ ਅਨੁਭਵ ਕੀ ਗਿਆਨ ਸਰੂਪ ਹੈ ਤੇ ਇਸ ਵਾਸਤੇ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਤੇ ਪ੍ਰਗਟ ਸਰੂਪ ਹੈ। ਪੂਰਾ ਜਾਣਤੇ ਸੋ ਅਚਰਜ ਭਇਓ, ਕਹਿੰਦੇ ਇਸ ਕਰਕੇ ਉਹ ਵਾਹੇ ਨਾਮ ਦਾ ਅਰਥ ਅਸਚਰਜ ਹੋਇਆ। ਵਾਹਿਗੁਰੂ ਗੁਰੂ ਅਰਥ ਸੁਣ ਕਾਨਾ, ਤੇ ਜੋ ਗੁਰੂ ਸ਼ਬਦ ਹੈ ਤੇ ਉਸਦਾ ਅਰਥ ਜਿਹੜਾ ਕੰਨਾਂ ਦੇ ਸੁਣਨਾ ਕਰੋ। ਅੰਧਕਾਰ ਗੋ ਨਾਮ ਹੈ, ਗੋ ਦਾ ਅਰਥ ਹੈ ਅੰਧਕਾਰ, ਅੰਧੇਰਾ, ਅੰਧੇਰਾ ਜਿਹੜਾ ਅਗਿਆਨ ਦਾ ਹੁੰਦਾ ਹੈ। ਪ੍ਰਕਾਸ਼ ਪਹਿਚਾਨਾ, ਤੇ ਰੂਹ ਸ਼ਬਦ ਦਾ ਅਰਥ ਹੈ ਪ੍ਰਕਾਸ਼, ਜਿਹੜਾ ਅਗਿਆਨ ਦੇ ਅੰਧੇਰੇ ਨੂੰ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਸ ਨੂੰ ਗੁਰੂ ਕਹਿੰਦੇ ਹਨ। ਚੌਪੀ ਅੰਧਕਾਰ ਵਤ ਦੇਹ ਅਨਿਤਾ, ਜਿਸ ਤਰ੍ਹਾਂ ਅੰਧੇਰੇ ਵਾਂਗ ਸੰਸਾਰ ਤੇ ਦੇਹ ਜਿਹੜੀ ਅਨਿਤਾ ਝੂਠੀ ਹੈ, ਇਹ ਪ੍ਰਕਾਸ਼ ਦੀਨੋ ਸੋ ਚਿੱਤਾ, ਤੇ ਜਿਸ ਨੇ ਇਹਨੂੰ ਪ੍ਰਕਾਸ਼ ਦਿੱਤਾ ਹੈ ਤੇ ਮਹਾਰਾਜ ਕਹਿੰਦੇ ਉਸ ਨੂੰ ਚਿੱਤਾ ਚੇਤਨ ਕਹਿੰਦੇ ਹਨ। ਤਾਕੋ ਵਾਹਿਗੁਰੂ ਇਮ ਨਾਮ, ਕਹਿੰਦੇ ਉਸ ਦਾ ਨਾਮ ਹੀ ਵਾਹਿਗੁਰੂ ਹੈ ਸਮਝ ਲਓ। ਜਪ ਹੋਵੇ ਚਤੁਰ ਪਦਾਰਥ ਧਾਮ, ਤੇ ਜੇ ਕਰਕੇ ਵਾਹਿਗੁਰੂ ਨਾਮ ਦਾ ਜਾਪ ਕਰੀਏ ਤੇ ਚਾਰੇ ਪਦਾਰਥ ਘਰ ਦੇ ਵਿੱਚ ਆ ਜਾਂਦੇ, ਧਰਮ ਅਰਥ ਕਾਮ ਮੋਖ। ਜੇ ਪੁਨ ਜੇ ਵਾਹਿਗੁਰੂ ਗਾਵਹਿ, ਤੇ ਫੇਰ ਪੁੱਛਣ ਲੱਗੇ ਮਹਾਰਾਜ ਜਿਹੜੇ ਵਾਹਿਗੁਰੂ ਦੇ ਤਾਈ ਗਾਉਂਦੇ ਹਨ ਕਿਸ ਵਿੱਚ ਚਾਰ ਪਦਾਰਥ ਪਾਵਹਿ, ਕਿਸ ਤਰ੍ਹਾਂ ਉਹਨਾਂ ਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਭਨਿਓ ਸਤਸੰਗਤ ਜਾਤੇ, ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਜੋ ਸਾਧ ਸੰਗਤ ਦੇ ਜਾਂਦੇ ਹਨ, ਡਗ ਡਗ ਅਸਮ ਮੱਖ ਹੋਏ ਫਲ ਤਾਂਤੇ, ਇੱਕ ਇੱਕ ਕਦਮ ਦੇ ਉੱਤੇ ਉਹਨੂੰ ਅਸਮ ਮੇਰ ਜਗ ਦਾ ਫਲ ਪ੍ਰਾਪਤ ਹੁੰਦਾ ਜਿਹੜੇ ਸਤਸੰਗਤ ਦੇ ਜਾਂਦੇ ਹਨ। ਪੂਰਾ ਜਿਹ ਤਨ ਕਾਰਨ ਯਤਨ ਜੋ, ਤੇ ਜਿਸ ਧਨ ਦੀ ਪ੍ਰਾਪਤੀ ਵਾਸਤੇ ਬਹੁਤ ਸਾਰੇ ਯਤਨ ਕਰਦੇ ਨੇ, ਹਰ ਹੈ ਲੋਕ ਅਪਾਰ, ਅਨੇਕਾਂ ਤਰ੍ਹਾਂ ਦੇ ਲੋਕ ਯਤਨ ਕਰਦੇ ਹਨ। ਤਨ ਹਰ ਕੇ ਭਗਤ ਕੋ, ਕਹਿੰਦੇ ਉਹ ਜਿਹੜਾ ਧਨ ਹੈ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਦੇ ਤਾਏ, ਮਾਨਵ ਦੇ ਹਜ਼ਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਕੇ ਚੜਾ ਦਿੰਦੇ ਹਨ। ਜੋਪੀ ਬੰਧਨ ਕਰੇ ਦੇਹ ਧਨ ਆਈ, ਇਸ ਵਾਸਤੇ ਕਹਿੰਦੇ ਉਸਦੇ ਤਾਏ ਤੇ ਬੰਦਨਾ ਕਰਦੇ ਨੇ, ਨਮਸਕਾਰ ਕਰਦੇ ਨੇ ਵੀ ਧਨਤਾ ਦੇ ਯੋਗ ਇਸਦਾ ਸਰੀਰ ਹੈ, ਦੇਹ ਹੈ, ਜਨਤੇ ਜਾਤੇ ਆਪਣ ਭਲਾਈ, ਤੇ ਉਸ ਐਸੇ ਮਹਾਂਪੁਰਸ਼ ਤੋਂ ਤੇ ਆਪਣੀ ਭਲਾਈ ਮੰਗਦੇ ਨੇ ਤੇ ਇਸ ਲਈ ਸਾਡਾ ਵੀ ਭਲਾ ਹੋ ਜਾਵੇ। ਹਿਰਦੇ ਕਾਮਨਾ ਭਗਤਨ ਜੋਈ, ਤੇ ਜੋ ਹਿਰਦੇ ਦੇ ਵਿੱਚ ਕਾਮਨਾ ਹੈ ਤੇ ਭਗਤਾਂ ਦੇ, ਕਰਤਾਰ ਪੂਰ ਹੈ ਸੋਈ, ਉਹ ਵੀ ਕਰਤਾਰ ਵਾਹਿਗੁਰੂ ਪਰਮੇਸ਼ਵਰ ਉਹਨਾਂ ਦੀ ਪੂਰੀ ਕਰ ਦਿੰਦਾ ਹੈ। ਅਰਥ
ਵਾਹਿਗੁਰੂ ਸਮਝਣ ਕਰਕੇ, ਵਾਹਿਗੁਰੂ ਨਾਮ ਦਾ ਅਰਥ ਜਿਹੜਾ ਸੀ ਇਹਦੇ ਤਾਂ ਸਮਝ ਕੇ, ਹੋਇਆ ਗਿਆਨ ਜਾਏ ਤਮ ਕਰਕੇ, ਅਗਿਆਨ ਟਲ ਜਾਂਦਾ, ਗਿਆਨ ਦਾ ਅੰਧੇਰਾ ਤੇ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਵਾਹਿਗੁਰੂ ਨਾਮ ਦੇ ਅਭਿਆਸ ਦੇ ਨਾਲ। ਚਤੁਰ ਪਦਾਰਥ ਨਾਮ ਅਧੀਨਾ, ਇਸ ਵਾਸਤੇ ਜਿਹੜੇ ਚਾਰੇ ਪਦਾਰਥ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਅਧੀਨ ਹਨ। ਸਿਮਰਨ ਕਰੋ ਹੋਏ ਦੁੱਖ ਸ਼ੀਨਾ, ਵਾਹਿਗੁਰੂ ਨਾਮ ਦਾ ਸਿਮਰਨ ਕਰੋ ਤੇ ਜਿਸ ਕਰਕੇ ਸਾਰੇ ਦੁੱਖ ਜਿਹੜੇ ਤੁਹਾਡੇ ਸ਼ੀਨਾ ਨਾਸ ਹੋ ਜਾਣ। ਦੂਰਾ ਸ੍ਰੀ ਗੁਰੂ ਕੋ ਉਪਦੇਸ਼ ਸੋਨਾ, ਗੁਰੂ ਨਾਨਕ ਦੇ ਮਹਾਰਾਜ ਜੀ ਦੇ ਉਪਦੇਸ਼ ਦੇ ਤਾਂ ਸੁਣ ਕੇ ਲੱਗੇ ਸੋਕਾਰ, ਉਹੀ ਸਾਧ ਸੰਗ ਜੀ ਕਮਾਉਣ ਦੀ ਕਾਰ ਜਿਹੜੀ ਸੀ ਕਰਨ ਲੱਗ ਪਏ। ਬਿਜਲੀ ਨੇ ਇਸ਼ਨਾਨ ਕਰ, ਪਿਛਲੇ ਪੈਰ ਰਾਤਰੀ ਉੱਠ ਕੇ ਤੇ ਇਸ਼ਨਾਨ ਕਰਕੇ, ਬੜੇ ਸ਼ਬਦ ਹਿਤ ਧਾਰੇ, ਬੜਾ ਪ੍ਰੇਮ ਧਾਰ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸ਼ਬਦਾਂ ਦੇ ਤਾਂ ਪੜ੍ਹਦੇ ਹਨ। ਚੌਵੀ ਦਿਨ ਸਗਰੋ ਨਿਤ ਕਿਰਤ, ਨਿਤ ਕਿਰਤ ਕਮਾਵਾ ਹੈ, ਸਾਰਾ ਦਿਨ ਆਪਣੇ ਧਰਮ ਦੀ ਕਿਰਤ ਜਿਹੜੀ ਉਹ ਕਮਾਈ ਕਰਦੇ ਹਨ। ਅਭਿਆਗਤੀ ਸੋ ਵੰਡਹਿ ਖਾਵਾ ਹੈ, ਅਭਿਆਗਤ ਲੋੜਵੰਦ ਜਿਹੜੇ ਨੇ ਅਰਥੀ ਨੇ ਉਹਨਾਂ ਦੇ ਨਾਲ ਵੰਡ ਕੇ ਛਕਦੇ ਹਨ। ਅੰਤਰ ਸਵਾਸ ਜੇ ਵਾਹੇ ਮਿਲਾਵੈ, ਜਦੋਂ ਅੰਦਰ ਨੂੰ ਸਾਹ ਜਾਂਦਾ ਹੈ ਤੇ ਉਸ ਦੇ ਨਾਲ ਵਾਹੇ ਸ਼ਬਦ ਦਾ ਉਚਾਰਨ ਕਰਦੇ ਨੇ। ਇਸੇ ਵਹਿਰ ਤਾਂ ਗੁਰੂ ਅਲਾਵੈ, ਜਿਸ ਵੇਲੇ ਬਾਹਰ ਨੂੰ ਸਾਹ ਆਉਂਦਾ ਹੈ ਤੇ ਉਸ ਦੇ ਨਾਲ ਗੁਰੂ ਦਾ ਨਾਮ ਉਚਾਰਦੇ ਨੇ। ਇਸ ਵੇਲੇ ਆਪਣੋ ਸਮਾਂ ਬਿਤਾਵੈ ਹੈ, ਇਸ ਤਰ੍ਹਾਂ ਵਾਹਿਗੁਰੂ ਨਾਮ ਦਾ ਅਭਿਆਸ ਕਰਦਿਆਂ ਆਪਣੇ ਸਮੇਂ ਨੂੰ ਬਤੀਤ ਕਰਦੇ ਹਨ। ਪੰਚਾਮ੍ਰਿਤ ਕਰਵਾਵਾ ਹੈ, ਜਦੋਂ ਕੋਈ ਪੁੰਨਿਆ ਮੱਸਿਆ ਸੰਗਰਾਂਦ ਹੋਵੇ ਤੇ ਉਸ ਦਿਨ ਕੜਾਹ ਪ੍ਰਸ਼ਾਦ ਕਰਵਾਉਂਦੇ ਨੇ। ਕਿਤਿਓ ਸਮਾਂ ਬਤੀਤਿਓ ਤਿਨਕੋ, ਇਸ ਤਰ੍ਹਾਂ ਕਿਤਨਾ ਹੀ ਸਮਾਂ ਜਿਹੜਾ ਸੀ ਉਹ ਕਰਦਿਆਂ ਉਹਨਾਂ ਦਾ ਬਤੀਤ ਹੋ ਗਿਆ। ਭਲੇ ਕਰਮ ਕੀ ਰੁਚ ਜਿਨ ਮਨ ਕੋ, ਜਿਨ੍ਹਾਂ ਦੇ ਮਨ ਦੇ ਤਾਂ ਹੀ ਚੰਗੇ ਕਰਮਾਂ ਦੀ ਬੜੀ ਭਾਰੀ ਰੁਚੀ ਹੈ। ਦੋਰਾ ਸਿੰਹ ਕੀ ਇੱਕ ਸੁਤਾ ਸੀ, ਭਾਈ ਸਿੰਹਾਂ ਉੱਪਲ ਤੇ ਇਸ ਦੀ ਇੱਕ ਲੜਕੀ ਸੀ। ਕਰਨ ਲੱਗਿਓ ਤਿਸ ਵਿਆਹ, ਉਹਦੇ ਸਾਥ ਸਾਂਝੀ ਸ਼ਾਦੀ ਜਿਹੜੀ ਸੀ ਕਰਨ ਲੱਗਾ। ਅਸਨ ਕਰਾਇਓ ਅਨਕ ਵਿਦ, ਅਨੇਕਾਂ ਤਰ੍ਹਾਂ ਦੇ ਭੋਜਨ ਜਿਹੜੇ ਸੀ ਇਸ ਨੇ ਤਿਆਰ ਕਰਵਾਉਣਾ ਕੀਤੇ। ਪ੍ਰਹੇ ਦਿਨ ਤਾਹੇ, ਇਹਦੇ ਵਿਆਹ ਦੇ ਦਿਨ ਜਿਹੜੇ ਸੀ ਬਹੁਤ ਹੀ ਨੇੜੇ ਆ ਗਏ ਸਨ। ਚੌਪੀ ਮਦਰ ਸਨਿਗਧ ਕਰਾਏ ਆਹਾਰਾ, ਬਹੁਤ ਸਾਰੇ ਮਿੱਠੇ ਤੇ ਘਿਓ ਨਾਲ ਤਲੇ ਹੋਏ ਭੋਜਨ ਤਿਆਰ ਕਰਵਾਉਣਾ ਕੀਤੇ। ਰੱਖਿਓ ਬਹੁਤ ਅਗਾਰ ਮਜ਼ਾਰਾ, ਬਹੁਤ ਸਾਰੇ ਆਪਣੇ ਘਰ ਦੇ ਚ ਰੱਖਣਾ ਕੀਤੇ। ਗੁਰੂ ਕੇ ਦਰਸ਼ਨ ਜਾਏ, ਸਿੱਖ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ। ਨਰਸਿੰਹ ਕੇ ਉਤਰੇ ਆਏ, ਰਸਤੇ ਚ ਭਾਈ ਸਿੰਹ ਦਾ ਘਰ ਸੀ ਤੇ ਇਹਦੇ ਘਰ ਦੇ ਚ ਰਾਤ ਦਾ ਉਤਾਰਾ ਇਹਨਾਂ ਨੇ ਕੀਤਾ। ਜਿਤ ਬਰਾਤ ਕੇ ਜੇ ਪਕਵਾਨੇ, ਜਿਹੜਾ ਆਉਣ ਵਾਲੀ ਬਰਾਤ ਵਾਸਤੇ ਪਕਾਇਆ ਹੋਇਆ ਭੋਜਨ ਸੀ ਮਠਿਆਈ, ਇਹ ਦੀਨੇ ਸੋਤਨ ਖਾਨੇ, ਭਾਈ ਸਿੰਹ ਨੇ ਸਾਰੀਆਂ ਸੰਗਤਾਂ ਦੇ ਤਾਈ ਛਕਣ ਵਾਸਤੇ ਦੇ ਦਿੱਤੇ। ਸੰਗਤ ਬਹੁਤ ਹੀ ਸਦਨ ਮੈਂ ਜੋ, ਤੇ ਜਿਹੜੀ ਇਸ ਦੇ ਘਰ ਦੇ ਚ ਬਹੁਤ ਸਾਰੀ ਸੰਗਤ ਆਈ ਸੀ ਰਾਤ ਰਹਿਣ ਵਾਸਤੇ, ਸਭ ਪਕਵਾਨ ਖਾਏਗੇ ਸੋ, ਤੇ ਸਾਰਾ ਪਕਵਾਨ ਜਿਹੜਾ ਸੀ ਉਹਨਾਂ ਨੇ ਛਕ ਲਿਆ। ਦੂਰਾ ਅਗਲੇ ਦਿਨ ਮੈਂ ਜੰਜ ਨੇ, ਤੇ ਜਿਹੜਾ ਅਗਲਾ ਦਿਨ ਆਉਣਾ ਸੀ ਤੇ ਉਸ ਦਿਨ ਜੰਜ ਨੇ ਹੋਇਆ ਮਨੋ ਧਾਮ, ਘਰ ਦੇ ਜੰਜ ਨੇ ਆ ਕੇ ਢੁਕਣਾ ਸੀ। ਸੰਗਤ ਬੜ ਪੁਨਸਾਰ ਤੇ ਜਿਹੜੀ ਸੀ ਜਦੋਂ ਵੱਡੀ ਤੜਕ ਸਵੇਰ ਹੋਈ, ਨਵਨੀਲੇ ਗੁਰਨਾਮ ਸਤਿਗੁਰੂ ਮਹਾਰਾਜ ਜੀ ਦੇ ਨਾਮ ਨੂੰ ਲੈ ਕੇ ਚੱਲ ਪਈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਚੌਵੀ ਚਿੰਤ ਕਰੇ ਸਿੰਹ ਕੀ ਨਾਰ, ਭਾਈ ਸਿੰਹ ਦੀ ਜਿਹੜੀ ਪਤਨੀ ਸੀ ਬਹੁਤ ਹੀ ਫਿਕਰ ਕਰਨ ਲੱਗ ਪਈ। ਅਨਕਨਕੇਤ ਨਾ ਰਹੋ ਆਹਾਰੀ, ਕਹਿੰਦੇ ਥੋੜੇ ਮਾਤਰ ਘਰ ਦੇ ਚ ਭੋਜਨ ਨਹੀਂ ਰਹਿਣਾ ਕੀਤਾ, ਆਵੇ ਅਬ ਬਰਾਤ ਕਿਆ ਖਾਹੀ, ਹੁਣ ਜਿਹੜੇ ਬਰਾਤ ਵਿੱਚ ਜਾਂਜੀ ਆਉਣਗੇ ਕੀ ਖਾਣਗੇ ਆ ਕੇ, ਦੂਰਨ ਚਾਰ ਹੋਤ ਕਸ ਨਾਹੀ, ਬੜੀ ਛੇਤੀ ਦੇ ਨਾਲ ਕੋਈ ਭੋਜਨ ਬਹੁਤਾ ਤਿਆਰ ਨਹੀਂ ਹੋ ਸਕਣਾ। ਕਿਸ ਪ੍ਰਕਾਰ ਲਾਜ ਰਹਿ ਆਵਹਿ, ਕਿਸ ਤਰ੍ਹਾਂ ਮੇਰੀ ਜਿਹੜੀ ਲਾਜ ਹੈ ਇੱਜ਼ਤ ਰਹਿ ਆਵੇ, ਸਗਲੇ ਜਗਤ ਨਿੰਦ ਪ੍ਰਗਟਾਵਹਿ, ਨਹੀਂ ਸਾਰੇ ਸੰਸਾਰ ਦੇ ਲੋਕੀ ਬਹੁਤ ਸਾਰੀ ਨਿੰਦਿਆ ਕਰਨਗੇ। ਜਿਸ ਚਿੰਤ ਸਿੰਹ ਨਿਜ ਨਾਰੀ, ਆਪਣੀ ਪਤਨੀ ਨੂੰ ਫਿਕਰ ਦੇ ਸਮੇਤ ਹੋਇਆ ਵੇਖ ਕੇ ਭਾਈ ਸਿੰਹ ਨੇ, ਆਪੋ ਦੀਨ ਦਲਾਸੋ ਭਾਰੀ, ਇਸ ਦੇ ਤਾਂ ਸਾਧ ਸੰਗ ਜੀ ਬੜਾ ਭਾਰੀ ਦਲਾਸਾ ਹੌਸਲਾ ਦਿੱਤਾ। ਮਨ ਮਾਹੀ ਕਹਿਣ ਲੱਗਾ, ਸਤਿਗੁਰੂ ਮਹਾਰਾਜ ਜੀ ਦੀ ਆਪਣੇ ਮਨ ਦੇ ਚ ਆਸਾ ਤਾਂ
ਧਾਰਨ ਕਰੋ, ਅਮਰ ਵਿਚਾਰ ਕਰੋ ਕੋ ਨਾਹੀ, ਹੋਰ ਆਪਣੇ ਮਨ ਦੇ ਵਿੱਚ ਕੋਈ ਵੀ ਵਿਚਾਰ ਨਾ ਕਰੋ। ਰੱਖੇਂਗੇ ਪ੍ਰਭ ਪੈਜ ਹਮਾਰੀ, ਸਤਿਗੁਰੂ ਮਹਾਰਾਜ ਜੀ ਸਾਡੀ ਪੈਜ ਇੱਜ਼ਤ ਦੇ ਤਾਂ ਜ਼ਰੂਰ ਰੱਖਣਗੇ। ਨਾ ਜਾਣ ਵਹਿ ਹਿਤਕਾਰੀ, ਸਾਨੂੰ ਆਪਣਾ ਸੇਵਕ ਜਾਣ ਕੇ ਤੇ ਸਾਡੇ ਬਹੁਤ ਹੀ ਭਲੇ ਵਿੱਚ ਹੋਣਗੇ। ਵਿਚਾਰ ਕਰਤਿਓ ਤੇ ਕਾਲਾ, ਐਸੀ ਸਾਧ ਸੰਗ ਜੀ ਪਤੀ ਤੇ ਪਤਨੀ ਦੇ ਵਿਚਾਰ ਕਰਦਿਆਂ ਪਹੁੰਚੀ ਆਏ ਬਰਾਤ ਵਸਾਲਾ, ਇੰਨੇ ਸਮੇਂ ਨੂੰ ਬਰਾਤ ਜਿਹੜੀ ਸੀ ਪਹੁੰਚ ਗਈ। ਟਕਾਓ ਭਲ ਡੇਰਾ ਕੀਨੋ, ਆਪਣਾ ਟਕਾ ਕਰਕੇ ਤੇ ਚੰਗੇ ਟਿਕਾਣੇ ਦੇ ਉੱਤੇ ਡੇਰਾ ਕਰਵਾਇਆ ਗਿਆ। ਦੇਖਣਾ ਰੂਪੀ ਹਰਖ ਬਹੀਨੋ, ਤੇ ਵੇਖਿਆ ਕਿ ਇਸਤਰੀ ਜਿਹੜੀ ਬਹੁਤ ਹੀ ਪ੍ਰਸੰਨਤਾ ਤੋਂ ਬਿਨਾਂ ਹੈ। ਕਹਿਣ ਲੱਗੀ ਕਿਆ ਦੇਹ ਖਵਾਏ, ਕਹਿਣ ਲੱਗੀ ਪਤੀ ਦੇਵ ਦੱਸ ਹੁਣ ਇਹ ਬਰਾਤ ਨੂੰ ਕੀ ਖਵਾਵਾਂਗੇ। ਹਰ ਬਰਾਤ ਮੈਂ ਬਹੁਤੇ ਆਏ, ਬਾਕੀ ਬਰਾਤ ਦੇ ਜਾਂਜੀ ਜਿਹੜੇ ਬਹੁਤ ਗਿਣਤੀ ਚ ਆ ਗਏ ਨੇ। ਉੱਠ ਕੀਨੀ ਅਰਦਾਸ, ਭਾਈ ਸਿੰਘ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਉੱਠ ਕੇ ਅਰਦਾਸ ਬੇਨਤੀ ਕੀਤੀ, ਧਿਆਨ ਧਾਰ ਕੇ ਸਤਿਗੁਰੂ ਚਰਨ ਧਿਆਨ ਕਰਤਾ ਸੀ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਕੇ ਤੇ ਇਸਨੇ ਰਾਖੀ ਸਿੱਖਣ ਪੈ ਜਾਗਾਰੀ। ਮਹਾਰਾਜ ਤੁਸੀਂ ਅੱਗੇ ਵੀ ਆਪੋ ਆਪਣੇ ਆਪਣੇ ਸਿੱਖਾਂ ਦੀ ਸਮੇਂ ਸਮੇਂ ਅਨੁਸਾਰ ਪੈਜ ਇੱਜ਼ਤ ਰੱਖੀ ਹੈ। ਚਰਨ ਕਮਲ ਹਮ ਸਰਨ ਤੁਮਾਰੀ, ਤੇ ਮਹਾਰਾਜ ਅਸੀਂ ਆਪ ਜੀ ਦੇ ਚਰਨਾਂ ਕਮਲਾਂ ਦੀ ਸ਼ਰਨ ਦੇ ਵਿੱਚ ਹਾਂ। ਅਸ ਕਹਿ ਤੁਸੀਂ ਕੋਠੇ ਕੋ ਤਾਰਾ, ਕਹਿ ਕੇ ਜਿਹੜਾ ਕੋਠਾ ਸੀ ਸਾਧ ਸੰਗਤ ਜੀ ਮਠਿਆਈ ਰੱਖਣ ਵਾਲਾ ਉਸਨੂੰ ਤਾਲਾ ਜਿੰਦਰਾ ਦੇ ਦਿੱਤਾ। ਖੋਲ ਬਲੋ ਕੇ ਆਹਾਰ ਅਪਾਰਾ, ਜਿਸ ਵੇਲੇ ਉਹ ਜਿੰਦਰਾ ਲਾਇਆ ਹੋਇਆ ਖੋਲਿਆ ਤੇ ਇਸ ਦੇ ਮਨ ਦੇ ਵਿੱਚ ਬੜੀ ਭਾਰੀ ਪ੍ਰਸੰਨਤਾ ਹੋਈ। ਦੋਰਾ ਪਾਨ ਪ੍ਰਾਤੀ ਬਿਠਾਏ ਕੈ, ਉਸ ਵੇਲੇ ਸਾਧ ਸੰਗਤ ਜੀ ਜਿੰਦਰਾ ਖੋਲਿਆ ਕੋਠੇ ਦਾ ਤੇ ਇਹਨੂੰ ਮਨ ਦੇ ਵਿੱਚ ਬੜੀ ਪ੍ਰਸੰਨਤਾ ਹੋਈ। ਮਠਿਆਈ ਨਾਲ ਭਰਿਆ ਸੀ, ਪੰਗਤਾਂ ਬਿਠਾ ਕੇ ਬਰਾਤ ਭੋਜਨ ਭਲੇ ਖਵਾਏ, ਬੜੇ ਚੰਗੇ ਚੰਗੇ ਭੋਜਨ ਜਿਹੜੇ ਸੀ ਉਹ ਛਕਾਉਣਾ ਕੀਤੇ। ਸੁੰਦਰ ਬਹੁਤ ਸਵਾਦ ਜਿਹੇ, ਬੜੇ ਸੁੰਦਰ ਭੋਜਨ ਨੇ ਜਿਨ੍ਹਾਂ ਦਾ ਬਹੁਤ ਹੀ ਸਵਾਦ ਹੈ। ਸਾਰੇ ਸਾਧ ਸੰਗਤ ਜੀ ਰੱਜ ਰਹੇ ਤੇ ਬਹੁਤ ਹੀ ਪ੍ਰਸੰਨ ਹੋਏ। ਚੌਪੀ ਪੰਜ ਦਿਵਸ ਕਰ ਰਾਖੀ ਸੋਈ, ਪੰਜ ਦਿਨ ਉਸ ਵੇਲੇ ਬਰਾਤ ਨੂੰ ਆਪਣੇ ਘਰ ਦੇ ਚ ਰੱਖਣਾ ਕੀਤਾ। ਤੋੜ ਅਸਨ ਕੀ ਹੋਏ ਨਾ ਕੋਈ, ਕੋਈ ਵੀ ਅਸਨ ਭੋਜਨ ਦੀ ਤੋੜ ਘਾਟਾ ਨਹੀਂ ਆਉਣਾ ਕੀਤਾ। ਮੋਬਿਦ ਕੇ ਪਕਵਾਨ ਜਮਾਏ, ਬਹੁਤ ਤਰ੍ਹਾਂ ਦੇ ਜਿਹੜੇ ਪਕਵਾਨ ਮਿੱਠੇ ਭੋਜਨ ਸੀ ਮਿਠਾਈਆਂ ਉਹ ਛਕਾਉਣਾ ਕੀਤੇ। ਆਏ ਜਨੇਤੀ ਉਰਹਰ ਖਾਏ, ਜਿੰਨੇ ਵੀ ਜਨੇਤੀ ਆਏ ਹੋਏ ਲੋਕ ਸੀ ਛੱਕ ਕੇ ਬੜੇ ਪ੍ਰਸੰਨ ਹੋਏ। ਵਿਦਾ ਕਰੀ ਦੇ ਦਾਤ ਮਸਾਲਾ, ਇਸ ਤਰ੍ਹਾਂ ਦਾਜ ਦੇ ਕੇ ਲੜਕੀ ਜਿਹੜੀ ਸੀ ਉਸਨੂੰ ਵਿਦਿਆ ਕੀਤਾ। ਅਚਰਜ ਪੇ ਨਾਰੀ ਤੇ ਤੇ ਕਾਲਾ, ਉਸ ਸਮੇਂ ਜਿਹੜੇ ਦੇਖਣ ਵਾਲੇ ਲੋਕ ਸੀ ਬਹੁਤ ਹੀ ਹੈਰਾਨ ਹੋ ਗਏ। ਮਿਲ ਕੇ ਤਾਂ ਇਸ ਵਿਦ ਪਾਖੀ, ਸਾਰਿਆਂ ਨੇ ਮਿਲ ਕੇ ਉਸ ਵੇਲੇ ਇਸ ਤਰ੍ਹਾਂ ਕਹਿਣਾ ਕੀਤਾ, ਸਿੱਖਣ ਰਾਖੀ। ਸਤਿਗੁਰੂ ਮਹਾਰਾਜ ਜੀ ਨੇ ਆਪ ਹੀ ਆਪਣੇ ਸਿੱਖ ਦੀ ਪੈਜ ਇੱਜ਼ਤ ਜਿਹੜੀ ਸੀ ਉਹ ਰੱਖਣਾ ਕੀਤੇ। ਅਦਿਕ ਨਰਨ ਕੋ ਸ਼ਰਧਾ ਭਾਈ, ਬਹੁਤ ਸਾਰੇ ਦੇਖਣ ਵਾਲੇ ਲੋਕਾਂ ਦੇ ਹਿਰਦੇ ਚ ਹੋਰ ਵੀ ਸ਼ਰਧਾ ਜਿਹੜੀ ਸੀ ਵੱਧ ਗਈ। ਭਾਉ ਭਗਤੀ ਜਗ ਮੈਂ ਪ੍ਰਗਟਾਈ, ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਸੰਸਾਰ ਵਿੱਚ ਹੋਰ ਵੀ ਪ੍ਰਗਟ ਹੋਏ। ਇੱਕ ਦਿਨ ਬੈਠੇ ਗੁਣਖਾਨੀ, ਸਤਿਸੰਗ ਜੀ ਇੱਕ ਦਿਨ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਬੈਠੇ ਸਨ। ਕਰਨਾ ਲੋਚਨਾ ਵਿਖੇ ਮਹਾਨੀ, ਸਤਿਗੁਰੂ ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚ ਬਹੁਤ ਹੀ ਕਿਰਪਾ ਭਰਿਆ ਏ। ਤੋਰਾ ਫਿਰਨਾ ਖਹਿਰਾ ਜੋਤ ਦੋਏ, ਹਾਂਜੀ ਫਿਰਨਾ ਤੇ ਖਹਿਰਾ ਗੋਤ ਹੈ ਤੇ ਇਸ ਤਰ੍ਹਾਂ ਭਾਈ ਜੋਧ ਦੇ ਦੋ ਖਡੂਰ ਸਾਹਿਬ ਦੇ ਸਿੱਖ ਸਨ। ਜਗਿਆਸਾ ਧਰਿਆਸ, ਬਹੁਤ ਹੀ ਜਗਿਆਸਾ ਤੇ ਆਪਣੇ ਮਨ ਦੇ ਸਾਡੇ ਹਿਰਦੇ ਚ ਵਾਹਿਗੁਰੂ ਦਾ ਗਿਆਨ ਹੋ ਜਾਵੇ ਤੇ ਇਹ ਆਸਾ ਧਾਰ ਕੇ ਆਏ ਪਰੇ ਪਾਇਨ ਪਦਮਾ, ਆਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਸੀਸ ਨਵਾਇਆ, ਬੈਠੇ ਪ੍ਰਭ ਪਾਸੀ, ਫਿਰ ਸਤਿਗੁਰੂ ਮਹਾਰਾਜ ਜੀ ਦੇ ਪਾਸ ਬੈਠ ਗਏ। ਹੱਥ ਬੰਦ ਅਰਦਾਸ ਉਚਾਰੀ, ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਆਏ ਅਬ ਸਰਨ ਤੁਮਾਰੀ, ਇਹ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਉਪਦੇਸ਼ ਕਰੋ ਬਖਿਆਨਾ, ਆਪਣਾ ਉਪਦੇਸ਼ ਸੱਚੇ ਪਾਤਸ਼ਾਹ ਆਪ ਜੀ ਦੇਣਾ ਕਰੋ। ਗੁਰਕਾਰ ਹੋਏ ਹਮ ਕਲਿਆਣਾ, ਜਿਸ ਢੰਗ ਦੇ ਨਾਲ ਸਾਡੀ ਕਲਿਆਣ ਮੁਕਤੀ ਹੋ ਜਾਵੇ, ਸਿੱਖੀ ਪ੍ਰਾਪਤੀ ਮਨ ਮੈਂ ਹੋਵੇ, ਸਾਡੇ ਮਨ ਦੇ ਚ ਸਿੱਖੀ ਜਿਹੜੀ ਉਹ ਪ੍ਰਾਪਤ ਹੋ ਜਾਵੇ। ਕਬੂ ਕਾਲ ਬਗੋਵ ਹੈ, ਫਿਰ ਜਿਹੜਾ ਕਾਲ ਮੌਤ ਸਾਨੂੰ ਕਦੇ ਵੀ ਬਗੋਵੇ ਖਰਾਬ ਨਾ
ਨਾ ਕਰੇ ਭਾਖੂ ਮਨ ਨੀਵੇਂ ਜੋਏ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜੇ ਨੀਵੇਂ ਥਾਂ ਪਾਣੀ ਖੜਦਾ ਇਸ ਤਰ੍ਹਾਂ ਮਨ ਨੂੰ ਜੋ ਨੀਵਾਂ ਕਰ ਲੈਂਦਾ ਜਿਨ ਕੋ ਸਿੱਖੀ ਪ੍ਰਾਪਤ ਹੋਏ ਉਹਨਾਂ ਨੂੰ ਸਿੱਖੀ ਆਦਿ ਗੁਣ ਜਿਹੜੇ ਉਹਨਾਂ ਦੇ ਨੀਵੇਂ ਹਿਰਦੇ ਚ ਆ ਕੇ ਪ੍ਰਾਪਤ ਹੋ ਜਾਂਦੇ ਨੇ। ਪੂਰਾ ਸੇਵਾ ਜੋ ਤੂੰ ਪਾਸਤੇ ਜੋ ਵੀ ਤੁਹਾਡੇ ਪਾਸੋਂ ਸੇਵਾ ਹੋ ਸਕਦੀ ਹੈ ਸਿੱਖਣ ਕੀ ਹੋਇਆ ਏ ਸਿੱਖਾਂ ਦੀ ਹੋ ਜਾਵੇ ਤਾਂ ਕਰੀਏ ਹਿੱਤ ਕਰ ਦੇ ਤਾਂ ਤੁਸੀਂ ਬੜਾ ਪ੍ਰੇਮ ਕਰਕੇ ਹਿਰਦੇ ਚ ਕਰਿਆ ਕਰੋ ਪੱਗ ਪਖਾਰ ਮੁਖ ਪਾਏ ਉਹਨਾਂ ਦੇ ਚਰਨਾਂ ਨੂੰ ਧੋਣਾ ਤੇ ਉਹਨਾਂ ਦੇ ਮੁਖ ਵਿੱਚ ਸੁੰਦਰ ਭੋਜਨ ਜਿਹੜਾ ਬਣਾ ਕੇ ਪਾਉਣਾ ਹੈ ਪਿਛਲੀ ਨਿਸ਼ਾ ਕਰੋ ਇਸ ਨਾਨਾ ਦੁਪਹਿਰ ਦੀ ਰਾਤਰੀ ਰਹਿੰਦੇ ਤੋਂ ਇਸ਼ਨਾਨ ਕਰਕੇ ਸਦਾ ਸ਼ਬਦ ਦੇ ਅਭਿਆਸ ਪਰਮਾਨਾ ਹਮੇਸ਼ਾ ਹੀ ਸ਼ਬਦ ਤੇ ਸੁਰ ਦਾ ਅਭਿਆਸ ਕਰਨਾ ਪਰ ਵਿਸ਼ੇਸ਼ ਕਰਕੇ ਮੰਨ ਲਓ ਆਪਣੇ ਮਨ ਵਿੱਚ ਮਨ ਨੀਵੇਂ ਸਤਸੰਗਤ ਜਾਏ ਤੇ ਬਹੁਤ ਹੀ ਆਪਣੇ ਮਨ ਨੂੰ ਨੀਵਾਂ ਕਰਕੇ ਸਤਸੰਗਤ ਦੇ ਜਾਵੇ ਗੁਰੂ ਸ਼ਬਦ ਸੁਣੋ ਹਿਤ ਲਾਏ ਤੇ ਗੁਰੂ ਸਾਹਿਬ ਦੇ ਸ਼ਬਦ ਨੂੰ ਸੁਣਨਾ ਕਰਕੇ ਕਰੇ ਪ੍ਰੇਮ ਲਾ ਕੇ ਜਾਣੋ ਵਾਹਿਗੁਰੂ ਕੋ ਸਵਾਮੀ ਤੇ ਵਾਹਿਗੁਰੂ ਪਰਮੇਸ਼ਰ ਨੂੰ ਹੀ ਆਪਣਾ ਮਾਲਕ ਜਾਣਨਾ ਕਰੋ ਦਾਸ ਆਪ ਨੂੰ ਲਖੋ ਸੁਖਾਮੀ ਆਪਣੇ ਆਪ ਨੂੰ ਦਾਸ ਸੇਵਕ ਸਮਝੋ ਤੇ ਵੀ ਅਸੀਂ ਹੀ ਖਾਮੀ ਕਚਿਆਰੀ ਦੇ ਸਮੇਤ ਹਾਂ ਗੁਰਬਾਣੀ ਕੋ ਮੰਨਣਾ ਸੋ ਕਰਨਾ ਜੋ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਹੈ ਤੇ ਉਸਦਾ ਜੋ ਮੰਨਣ ਕਰਨਾ ਹੈ ਜੇ ਚਾਹੇ ਤੂੰ ਭਵਤੇ ਤਰਨਾ ਜੇ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਚਾਹੁੰਦੇ ਹੋ ਤੇ ਗੁਰਬਾਣੀ ਦਾ ਮੰਨਣ ਕਰੋ ਪੂਰਾ ਸਿੱਖੀ ਸਿੱਖ ਸਿੱਖੀ ਸਿੱਖ ਸਤਿਗੁਰ ਤੇ ਐਸੀ ਸਿੱਖਿਆ ਜਿਹੜੀ ਸੀ ਸਿੱਖੀ ਨੂੰ ਪ੍ਰਗਟ ਕਰਨ ਵਾਲੀ ਸਤਿਗੁਰੂ ਮਹਾਰਾਜ ਜੀ ਤੋਂ ਸਿੱਖ ਕੇ ਐਸੀ ਕੀਨੀ ਕਾਰ ਉਸੇ ਤਰ੍ਹਾਂ ਸਾਧ ਸੰਗ ਜੀ ਨੇ ਕਮਾਈ ਕੀਤੀ ਜਨਮ ਮਰਨ ਛੁੱਟ ਕਸ਼ਟ ਤੇ ਜੰਮਣ ਤੇ ਮਰਨ ਦਾ ਜਿਹੜਾ ਕਸ਼ਟ ਦੁੱਖ ਹੈ ਤੇ ਉਸ ਨੂੰ ਛੁੱਟ ਗਏ ਕੋ ਭਇਓ ਉਧਾਰ ਤੇ ਉਹਨਾਂ ਦਾ ਸੰਸਾਰ ਸਮੁੰਦਰ ਤੋਂ ਉਧਾਰ ਹੋ ਗਿਆ ਇਸ ਪ੍ਰਕਾਰ ਸੋ ਨਰਨਾ ਅਨੇਕ ਇਸ ਤਰ੍ਹਾਂ ਸਾਧ ਸੰਗ ਜੀ ਅਨੇਕਾਂ ਜਿਹੜੇ ਲੋਕ ਸਨ ਹਰ ਉਪਦੇਸ਼ ਦਿਓ ਸੋ ਵਿਵੇਕ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਕੇ ਉਹਨਾਂ ਦੇ ਹਿਰਦੇ ਚ ਵਾਹਿਗੁਰੂ ਦਾ ਗਿਆਨ ਦੇ ਦਿੱਤਾ ਪੜਨ ਤੇ ਵਰਨੇ ਨਾਹੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਿੱਖਾਂ ਦੀ ਗਿਣਤੀ ਤਾਂ ਬਹੁਤ ਵੱਡੀ ਹੈ ਪਰ ਗ੍ਰੰਥ ਵੱਧ ਜਾਣਾ ਸੀ ਇਸ ਕਰਕੇ ਬਹੁਤੇ ਨੀ ਵਰਣਨ ਕੀਤੇ ਮਨ ਅਨੁਸਾਰੀ ਕਛਕ ਮੈਂ ਪ੍ਰਾਹੀ ਮੈਂ ਆਪਣੀ ਮਤ ਦੇ ਅਨੁਸਾਰ ਕੁਝ ਕੁ ਸਿੱਖਾਂ ਦੇ ਚੋਣਵੀਆਂ ਕਥਾ ਇੱਥੇ ਨਾਮ ਲਿਖਣਾ ਕੀਤੇ ਨੇ ਗੁਰਾ ਨਮੋ ਸਾਰਦਾ ਕੋ ਸਦਾ ਜੋ ਸਾਰ ਸ੍ਰੇਸ਼ਟ ਗਿਆਨ ਨੂੰ ਦੇਣ ਵਾਲੀ ਸਤਿਗੁਰਾਂ ਦੀ ਬਾਣੀ ਤੇ ਉਸ ਨੂੰ ਹਮੇਸ਼ਾ ਵਾਸਤੇ ਨਮਸਕਾਰ ਹੈ ਸਮਾਤਰ ਦੇ ਪਹਿਚਾ ਪ੍ਰਕਾਸ਼ ਹਿਰਦੇ ਸਿੱਖਾਂ ਦੇ ਜੋ ਸ੍ਰੇਸ਼ਟ ਮਤ ਨੂੰ ਪ੍ਰਗਟ ਕਰਦੀ ਹੈ ਕਿਰਪਾ ਧਾਰ ਪੂਰਨ ਕਰੋ ਤੇ ਮੇਰੀ ਬੇਨਤੀ ਹੈ ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਧਾਰੋ ਤੇ ਮੇਰਾ ਗ੍ਰੰਥ ਪੂਰਾ ਕਰਵਾ ਦਿਓ ਸ੍ਰੀ ਗੁਰੂ ਕੋ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਜੀਵਨ ਵਾਲਾ ਜੋ ਗ੍ਰੰਥ ਹੈ ਬਾਲਾ ਸੁੰਦਰ ਵਾਚੀ ਚੌਪੀ ਸੁਣੀਏ ਸ੍ਰੀ ਤ੍ਰੇਹਣ ਕੁਲ ਮੋਰੰ ਹਾਂਜੀ ਤ੍ਰੇਹਣ ਕੁਲ ਦੇ ਮੋਰ ਸ਼੍ਰੋਮਣੀ ਹੇ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਕਥਾ ਸੁਣੋ ਭਾਈ ਬਾਲਾ ਜੀ ਸੰਧੂ ਗੋਦ ਦੇ ਉਚਾਰਦੇ ਨੇ ਪ੍ਰਭ ਕੀ ਕਥਾ ਅਗਾਰੀ ਔਰੰਗ ਪ੍ਰਭੂ ਸਮਰੱਥ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੱਗੇ ਕਥਾ ਹੋਰ ਸੁਣੋ ਕੀ ਸਰਤਾ ਵਿਸਤਾਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖੀ ਦੀ ਨਦੀ ਜਿਹੜੀ ਸੀ ਉਹ ਫੈਲਾ ਦਿੱਤੀ ਮੈਂ ਕਹਿ ਸਕਦੇ ਜਗਤ ਮਝਾਰੀ ਜਿੱਥੇ ਕਿੱਥੇ ਸਾਰੇ ਸੰਸਾਰ ਦੇ ਵਿੱਚ ਸਿੱਖਣ ਕੇ ਮਨ ਮੀਨ ਸਮਾਨਾ ਸਿੱਖਾਂ ਦੇ ਸਾਧ ਸੰਗ ਜੀ ਮਨ ਜਿਹੜੇ ਉਹ ਮੱਛ ਤੇ ਮੱਛੀਆਂ ਵਰਗੇ ਨੇ ਚਾਹੇ ਨਾ ਬਿਰਹੇ ਹੋਏ ਹੱਥ ਪ੍ਰਾਣਾ ਸਤਿਗੁਰੂ ਮਹਾਰਾਜ ਜੀ ਦੀ ਸਿੱਖੀ ਰੂਪੀ ਨਦੀ ਤੋਂ ਤੇ ਸਿੱਖਾਂ ਦੇ ਮਨ ਮੱਛ ਵਿਛੜਨਾ ਨਹੀਂ ਚਾਹੁੰਦੇ ਤੇ ਇਸ ਵਾਸਤੇ ਮੌਤ ਹੀ ਹੋ ਜਾਂਦੀ ਹੈ ਜੇ ਵਿਛੋੜਾ ਹੋ ਜਾਵੇ ਲਾਗੇ ਕਰਨ ਸ਼ਬਦ ਅਭਿਆਸਾ ਤੇ ਸ਼ਬਦ ਤੇ ਸੁਰ ਦਾ ਅਭਿਆਸ ਕਰਨ ਲੱਗ ਪਏ ਸਿਮਰਨ ਸਤਨਾਮ ਪ੍ਰਕਾਸ਼ਾ ਸਤਨਾਮ ਵਾਹਿਗੁਰੂ ਦਾ ਸਿਮਰਨ ਹੈ ਤੇ ਉਹ ਪ੍ਰਕਾਸ਼ ਪ੍ਰਗਟ ਹੋ ਗਿਆ ਸਿੱਖੀ ਭਾਵ ਦੇਖ ਬੇਹਤਾ ਸਿੱਖੀ ਦਾ ਭਾਵ ਪ੍ਰੇਮ ਦੇਖਣ ਵਾਸਤੇ ਨਮਨ ਕੀਨ ਬੇਦੀ ਕੁਲਕੇਤਾ
ਬੇਦੀਆਂ ਦੇ ਕੁਲ ਦੇ ਕੇਤ ਨਿਸ਼ਾਨ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਤੋਂ ਫੇਰ ਚਾਲੇ ਪਾਏ। ਮੁਝਕੋ ਆਪਣੇ ਨੀਰ ਸੰਗਾਰੇ। ਭਾਈ ਬਾਲਾ ਜੀ ਕਹਿੰਦੇ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਨਾਲ ਲੈ ਲਿਆ। ਪਹੁੰਚੇ ਇੱਕ ਪੁਰ ਜਾਏ ਮਜਾਰੇ, ਇੱਕ ਬਹੁਤ ਵੱਡੇ ਕਸਬੇ ਨਗਰ ਦੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚ ਗਏ। ਖਾਨ ਬਸੇ ਤੇ ਥਾਨਾ, ਇੱਕ ਸਾਧ ਸੰਗ ਜੀ ਕਾਰੀਗਰ ਸਿੱਖ ਹੈ ਤੇ ਉਸ ਜਗ੍ਹਾ ਦੇ ਉੱਤੇ ਰਹਿੰਦਾ ਸੀ। ਇੱਕੀ ਅਲਪ ਚਲੇ ਗੁਜਰਾਨਾ, ਤੇ ਜਿਸ ਦਾ ਥੋੜਾ ਜਿਹਾ ਗੁਜ਼ਾਰਾ ਚੱਲਦਾ ਸੀ। ਸਿੱਖ ਤਖਾਨ ਕਰੇ ਸੇਵ, ਸਿੱਖਣ ਕੀ ਸੋਏ। ਜੇ ਕੋਈ ਸਿੱਖ ਆ ਜਾਵੇ ਤੇ ਉਹਨਾਂ ਦੀ ਬੜੀ ਭਾਰੀ ਉਹ ਸੇਵਾ ਕਰਿਆ ਕਰਦਾ ਸੀ। ਅਸਨਾ ਚਾਵੇ ਜੋ ਕਰ ਹੋਏ, ਜੋ ਵੀ ਘਰ ਦੇ ਚ ਹੋਵੇ ਭੋਜਨ ਬਣਾ ਕੇ ਛਕਾਇਆ ਕਰਦਾ। ਸਾਂਝੇ ਹੋਏ ਨਾ ਪ੍ਰਾਪਤੀ ਪ੍ਰਾਪਤੀ, ਜੇ ਕਰਕੇ ਸ਼ਾਮ ਨੂੰ ਹੋ ਗਿਆ ਭੋਜਨ ਤੇ ਸਵੇਰੇ ਪ੍ਰਾਪਤ ਨਹੀਂ ਹੁੰਦਾ ਸੀ। ਆਦਮ ਆਏ ਆਹਾਰ ਅਗਾਤੀ, ਤੇ ਕਹਿੰਦੇ ਨੇ ਹੱਥ ਦੇ ਵਿੱਚ ਜਿਹੜਾ ਸੀ ਭੋਜਨ ਆ ਕੇ ਅਗਾਤ ਪ੍ਰਾਪਤ ਨਹੀਂ ਹੁੰਦਾ ਸੀ ਘਰ ਵਿੱਚ। ਜੋ ਕਰ ਹੋਵੇ ਸਿੱਖਣ ਖਵਾਵਾ ਹੈ, ਜੋ ਵੀ ਘਰ ਦੇ ਚ ਰਸਤ ਹੁੰਦੀ ਉਹ ਸਿੱਖਾਂ ਨੂੰ ਭੋਜਨ ਬਣਾ ਕੇ ਖਵਾ ਦਿੰਦਾ। ਮੈਂ ਜੇ ਹੋਏ ਤਾਂ ਵੀ ਜਾਤੀ ਸੋ ਲਿਆਵਾ ਹੈ, ਜੇ ਕਰਕੇ ਨਾ ਹੋਵੇ ਤੇ ਫੇਰ ਸਿੱਖਾਂ ਦੇ ਨਾਮ ਦੇ ਉੱਤੇ ਮੰਗ ਕੇ ਲਿਆਉਂਦਾ। ਦੋਰਾ ਜਾਵੇ ਜਾਤਨ ਸਿੱਖ ਹੇਤੀ, ਸਿੱਖਾਂ ਦੇ ਵਾਸਤੇ ਮੰਗਣ ਲਈ ਜਾਂਦਾ। ਨਿਜ ਹੇਤੀ ਜਾਤਨ ਜਾਤ ਨਾ ਸੋਏ, ਆਪਣੇ ਛਕਣ ਵਾਸਤੇ ਨਹੀਂ ਜਾਂਦਾ ਸੀ। ਜਦੋਂ ਅਸਨ ਕਰਾਵਈ, ਜਿਵੇਂ ਕਿਵੇਂ ਵੀ ਜਤਨ ਦੇ ਨਾਲ ਭੋਜਨ ਬਣਾ ਕੇ ਛਕਾਉਂਦਾ। ਸਿੱਖ ਆਏ ਜੇ ਕੋਏ, ਜੇ ਕੋਈ ਘਰ ਦੇ ਸਿੱਖ ਆ ਜਾਵੇ, ਤਿੰਨ ਕੇਤ ਪ੍ਰਭ ਜਾਏ, ਉਹਦੇ ਘਰ ਦੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚ ਗਏ। ਵੰਦਨ ਕਰਹੀ ਸਿੱਖ ਤਬ ਤਾਏ, ਬਹੁਤ ਹੀ ਸਾਧ ਸੰਗਤ ਜੀ ਕਾਲੀ ਦੇ ਨਾਲ ਨਮਸਕਾਰ ਕੀਤੀ ਏ ਸਿੱਖ ਨੇ। ਨਾਰੀ ਸੋ ਗਿਰਾ ਵਿਚਾਰੀ, ਆਪਣੀ ਪਤਨੀ ਦੇ ਤਾਂ ਇਸ ਤਰ੍ਹਾਂ ਕਹਿਣ ਲੱਗਾ, ਪੂਰਨ ਕਰੋ ਆਹਾਰ ਤਿਆਰੀ, ਕਹਿਣ ਲੱਗਾ ਜਲਦੀ ਦੇ ਨਾਲ ਭੋਜਨ ਤਿਆਰ ਕਰੋ। ਐਉਤੀ ਤੂੰ ਸਭ ਕੁਛ ਜਾਣਾ ਹੈ, ਇਹਦੀ ਪਤਨੀ ਕਹਿਣ ਲੱਗੀ ਕਿ ਪਤੀ ਦੇ ਤੂੰ ਸਭ ਕੁਝ ਜਾਣਦਾ ਆਪਣੇ ਘਰ ਦੀ ਅਵਸਥਾ ਹਾਲਤ ਦੇ ਤਾਏ। ਭੋਜਨ ਹੋਵੇ ਜੇ ਅਨ ਅਨ ਹੈ, ਜੇ ਕਰਕੇ ਬਾਹਰੋਂ ਤੂੰ ਅਨਾਜ ਲਿਆਵੇਂ ਤੇ ਫੇਰ ਹੀ ਭੋਜਨ ਹੋ ਸਕਦਾ ਹੈ। ਸੁਣ ਕੇ ਗਮਨੇ ਉੱਪਰ ਮਾਹੀ, ਇਉਂ ਸਾਧ ਸੰਗ ਜੀ ਸੁਣ ਕੇ ਤੇ ਨਗਰ ਦੇ ਚਲੇ ਗਿਆ। ਜੇ ਜਾਤੇ ਦੇ ਸੋ ਨਾਹੀ, ਜਿਹਦੇ ਪਾਸੋਂ ਵੀ ਇਹ ਜਾ ਕੇ ਮੰਗਦਾ ਤੇ ਅੱਗੋਂ ਦਿੰਦਾ ਨਹੀਂ ਹੈ। ਦੋਰਾ ਸਿੱਖਣ ਮਿਸ ਇਹ ਮੰਗ ਕੈ, ਲੋਕਾਂ ਨੇ ਕਿਹਾ ਸਿੱਖਾਂ ਦੇ ਬਹਾਨੇ ਭੋਜਨ ਮੰਗ ਤੇ ਆਪਣ ਗੁਜਰਾਨ, ਆਪਣਾ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਕਹਿ ਦਿਓ ਨਾ ਕਿਸ਼ਤਿਸੂ, ਐਸਾ ਕਹਿ ਕੇ ਤੇ ਕਿਸੇ ਨੇ ਵੀ ਇਸ ਨੂੰ ਭੋਜਨ ਨਹੀਂ ਦਿੱਤਾ। ਬੈਠੋ ਸ਼ੂਸ਼ਾਯਾਨ, ਤੇ ਖਾਲੀ ਆ ਕੇ ਆਪਣੇ ਘਰ ਦੇ ਚ ਬੈਠ ਗਿਆ। ਇਸ ਦਿਨ ਰਾਜੇ ਸਿੰਝ ਪਵਾਈ, ਕਹਿੰਦੇ ਉਸ ਸ਼ਹਿਰ ਦੇ ਰਾਜੇ ਨੇ ਤੇ ਉਸ ਦਿਨ ਸਿੰਝ ਜਿਹੜੀ ਸੀ ਮੱਲਾਂ ਦਾ ਘੋਲ ਕਰਵਾਉਣਾ ਕੀਤਾ। ਇਸ ਕੇ ਚਿੱਤ ਚਿੰਤਾ ਅਤਿਸ਼ਾਈ, ਇਹਦੇ ਚਿੱਤ ਦੇ ਅੰਦਰ ਬਹੁਤ ਭਾਰੀ ਫਿਕਰ ਜਿਹੜਾ ਸੀ ਫੈਲ ਗਿਆ। ਕਹਾਂ ਤੇ ਅੰਨ ਖਵਾਰਾ, ਤੇ ਕਹਿੰਦਾ ਦੱਸੋ ਮੈਂ ਕਿੱਥੋਂ ਭੋਜਨ ਅਨਾਜ ਲਿਆ ਕੇ ਭੋਜਨ ਖਵਾਉਣਾ ਕਰਾਂ। ਇੱਕ ਮੋਹੇ ਰਹਿ ਜੇ ਬਿਨਾ ਆਹਾਰੋ, ਮੈਨੂੰ ਕਹਿੰਦਾ ਤਰਕਾਰ ਹੈ ਜੇ ਕਰਕੇ ਸਤਿਗੁਰੂ ਮਹਾਰਾਜ ਜੀ ਭੋਜਨ ਤੋਂ ਬਿਨਾ ਹੀ ਅੱਜ ਰਹੇ। ਦੇਖਣ ਚਲੇ ਅਨੇਕ ਤਮਾਸ਼ਾ, ਅਨੇਕਾਂ ਹੀ ਜਿਹੜੇ ਲੋਕ ਸੀ ਤਮਾਸ਼ਾ ਵੇਖਣ ਵਾਸਤੇ ਚੱਲੇ। ਭਇਓ ਸੋ ਨਰ ਇੱਕ ਪਾਸਾ, ਇੱਕ ਬੰਦੇ ਦੇ ਪਾਸੋਂ ਤੇ ਇਸ ਨੇ ਪੁੱਛਣਾ ਕੀਤਾ, ਆ ਜਾਓ ਤੈਨਾਂ ਦੀਨ ਬਤਾਈ। ਕਹਿੰਦੇ ਕਿੱਥੇ ਜਾਂਦੇ ਹੋ ਤੇ ਤੁਸੀਂ ਇੰਨੇ ਇਕੱਠੇ ਹੋ ਕੇ? ਉਸ ਬੰਦੇ ਨੇ ਇਹਨੂੰ ਦੱਸ ਦਿੱਤਾ, ਰੂਪ ਵੈਰ ਹੈ ਸਿੰਝ ਪਵਾਈ। ਕਹਿੰਦੇ ਸ਼ਹਿਰ ਤੋਂ ਬਾਹਰ ਤੇ ਰਾਜੇ ਨੇ ਸਿੰਝ ਪਵਾਈ ਹੋਈ ਹੈ। ਰੁਪਈਏ ਜਿੱਤ ਹੈ ਲੈਣਾ, ਜਿਹੜਾ ਅਖੀਰ ਦੇ ਉੱਤੇ ਮਲ ਜਿੱਤ ਗਿਆ ਤੇ ਉਸਨੂੰ 1000 ਰੁਪਈਆ ਮਿਲੇਗਾ। ਹਾਰੇ ਅਰਧ ਤਾਹੇ ਤੇ ਦੇਵ ਹੈ, ਜੇ ਕਰਕੇ ਹਾਰ ਜਾਵੇ ਤੇ ਹਾਰਨ ਵਾਲੇ ਨੂੰ ਅੱਧੇ 500 ਰੁਪਈਏ ਮਿਲਣਗੇ। ਸੁਣ ਕੇ ਹਰਖ ਚੱਲਿਓ ਤੇ ਥਾਈ, ਸੁਣ ਕੇ ਸਾਧ ਸੰਗ ਜੀ ਪ੍ਰਸੰਨ ਹੋ ਕੇ ਉਸ ਜਗ੍ਹਾ ਨੂੰ ਚੱਲ ਪਿਆ। ਜੁਗਤ ਮਲ ਬਹੁ ਨਰ ਇੱਕ ਠਾਈ, ਜਿੱਥੇ ਰਾਜੇ ਦੇ ਮਲ ਪਹਿਲਵਾਨ ਦੇ ਸਮੇਤ ਬਹੁਤ ਸਾਰੇ ਲੋਕ ਇਕੱਠੇ ਹੋਏ ਖੜੇ ਸਨ। ਪਿਓ ਮਲ ਕੇ ਸਨਮੁਖ ਜਬਹੀ, ਜਿਸ ਵੇਲੇ ਇਸ ਪਹਿਲਵਾਨ ਦੇ ਸਾਹਮਣੇ ਘੁੜਨ ਵਾਸਤੇ ਖੜਿਆ, ਦੇਖੋ ਦੇਖ ਹੱਸੇ ਨਾ ਸਭੀ। ਇਹਦਾ ਸਰੀਰ ਬੜਾ ਦੁਬਲਾ ਕਮਜ਼ੋਰ ਸੀ, ਸਾਰੇ ਲੋਕ ਵੇਖ ਕੇ ਹੱਸ ਪਏ। ਮਲ ਭੂ
ਕੋ ਬਲੀ ਬਡੇਰਾ। ਰਾਜੇ ਦਾ ਪਹਿਲਵਾਨ ਜਿਹੜਾ ਸੀ ਬੜੀ ਮਿਹਨਤ ਕੀਤੀ ਹੋਈ ਤੇ ਬਲ ਵਾਲਾ ਸੀ, ਚੂਰਨ ਕਰੇ ਸਰਬ ਤਨ ਤੇਰਾ, ਕਹਿੰਦੇ ਸਾਰਾ ਜਿਹੜਾ ਤੇਰਾ ਸਰੀਰ ਹੈ ਤੇ ਇਸ ਨੂੰ ਚੂਰਾ ਕਰ ਦੇਣਾ, ਤੇਰੀਆਂ ਹੱਡੀਆਂ ਭੰਨ ਦੇਵੇਗਾ। ਔਰ ਮੈਂ ਧਰ ਕੇ ਗਰਭ ਕੁਰੰਗਾ, ਤੇ ਜਿਸ ਤਰ੍ਹਾਂ ਕੋਈ ਹਰਨ ਜਿਹੜਾ ਆਪਣੇ ਹਿਰਦੇ ਚ ਹੰਕਾਰ ਨੂੰ ਧਾਰ ਕੇ ਕਿਹੜੀ ਸੰਗਾ, ਉਹ ਕਿਹੜੀ ਸ਼ੇਰ ਦੇ ਨਾਲ ਲੜਾਈ ਕਰਨਾ ਚਾਹੇ ਤੇ ਹਰਨ ਦੀ ਬਰਾਬਰੀ ਨਹੀਂ ਹੋ ਸਕਦੀ। ਤੈ ਕਿਆ ਮਨ ਮੈਂ ਧਾਰੀ, ਦਸਵੇਂ ਸ਼ੇਰ ਦੀ ਬਰਾਬਰੀ ਹਰਨ ਨਹੀਂ ਕਰ ਸਕਦਾ, ਤੇ ਤੂੰ ਦੱਸ ਮਨ ਦੇ ਚ ਕੀ ਧਾਰਿਆ। ਮ੍ਰਿਤ ਕੋ ਮਾਲ ਅਗਾਰੀ, ਤੂੰ ਰਾਜੇ ਦੇ ਪਹਿਲਵਾਨ ਦੇ ਅੱਗੇ ਆਪਣੀ ਮੌਤ ਹੀ ਸਹੇੜਨਾ ਚਾਹੁੰਦਾ ਹੈ। ਦੂਰਾ ਵਰਜੋ ਤਿਸ ਕੋ ਨਹਿ ਰਹੋ, ਕਹਿੰਦੇ ਉਹਨਾਂ ਦਾ ਰੋਕਿਆ ਹੋਇਆ ਨਾ ਰੁਕ ਸਕਿਆ। ਰਹੋ ਜਾਏ ਜੇ ਪ੍ਰਾਣ, ਕਹਿਣ ਲੱਗਾ ਜੇ ਕਰਕੇ ਮੇਰੇ ਪ੍ਰਾਣ ਵੀ ਚਲੇ ਗਏ, ਤੇ ਸੁਪਨੇ ਕਾਜ ਕੋ ਇਸ ਤੋਂ ਕੋਈ ਚੰਗਾ ਹੋਰ ਕੰਮ ਨਹੀਂ ਹੋ ਸਕਦਾ। ਮਰਹਿਤੀ ਹੋਵੇ ਹਾਨ, ਤੇ ਮੈਂ ਪਰਾਏ ਦੇ ਵਾਸਤੇ ਹੀ ਤਿਹਾਨ ਮਰ ਜਾਵਾਂਗਾ। ਚੌਪੀ ਨਿਕਟ ਮਲ ਕੇ ਜਬ ਹੀ ਆਇਓ, ਜਦੋਂ ਇਹ ਪਹਿਲਵਾਨ ਦੇ ਪਾਸ ਸਿੱਖ ਚੱਲ ਕੇ ਆਇਆ, ਅਬ ਲੋਕ ਅਸੀਂ ਬਚਨੇ ਲਾਇਓ, ਤੇ ਉਸਨੇ ਇਸ ਨੂੰ ਵੇਖ ਕੇ ਇਸ ਤਰ੍ਹਾਂ ਬਚਨ ਉਚਾਰਨ ਕੀਤੇ, ਕਿਉਂ ਮੌਤ ਚਹਿਤ ਬਿਨ ਆਈ, ਕਹਿੰਦਾ ਤੂੰ ਬਿਨਾਂ ਆਈ ਮੌਤ ਤੂੰ ਕਿਉਂ ਮੌਤ ਚਾਹੁੰਦਾ ਹੈ। ਸਿੱਖ ਨੇ ਸਰਬ ਬਤਾਈ, ਸੁਣ ਕੇ ਸਿੱਖ ਨੇ ਸਾਰੀ ਜਿਹੜੀ ਆਪਣੇ ਘਰ ਦੀ ਅਵਸਥਾ ਸੀ ਉਸ ਨੂੰ ਦੱਸ ਦਿੱਤਾ। ਆਏ ਸੰਤ ਨਿਕੇਤ ਹਮਾਰੇ, ਕਹਿੰਦਾ ਮੇਰੇ ਘਰ ਦੇ ਕੋਈ ਸੰਤ ਆਏ ਹੋਏ ਹਨ, ਨਹੀਂ ਅੰਨ ਜਾਂਦੇ ਹੋ ਆਹਾਰੇ, ਮੇਰੇ ਘਰ ਵਿੱਚ ਕੋਈ ਅਨਾਜ ਨਹੀਂ ਜਿਹੜਾ ਮੈਂ ਭੋਜਨ ਬਣਾ ਕੇ ਉਹਨਾਂ ਨੂੰ ਛਕਾ ਦਿਆਂ। ਜਿਨ ਕੇ ਹਿਤੋਂ ਲੜਨੇ ਆਇਓ, ਮੈਂ ਤਾਂ ਉਹਨਾਂ ਦੇ ਭਲੇ ਉਹਨਾਂ ਦੇ ਭੋਜਨ ਛਕਾਉਣ ਵਾਸਤੇ ਹੀ ਤੇਰੇ ਨਾਲ ਘੋਲ ਕਰਨ ਵਾਸਤੇ ਆਇਆ। ਮ੍ਰਿਤ ਹੋਏ ਤੋ ਸੁਖੇ ਦਿਖਾਇਓ, ਤੇ ਜੇ ਕਰਕੇ ਮੇਰੀ ਮੌਤ ਵੀ ਹੋ ਗਈ ਤੇ ਮੈਨੂੰ ਬਹੁਤ ਭਾਰੀ ਸੁਖ ਮਿਲਣਾ ਹੈ। ਸਾਧ ਸਾਧ ਸੁਣ ਕਾਨ ਬਖਾਨਾ, ਉਹ ਜਿਹੜਾ ਪਹਿਲਵਾਨ ਸੀ ਉਹਨੇ ਕੰਨਾਂ ਸੁਣ ਕੇ ਸ਼ਾਵਾ ਸ਼ਾਵਾ ਚ ਉਚਾਰਨ ਕੀਤਾ। ਉਤੋਂ ਮਾਤੀ ਤੁਮ ਸੰਤ ਮਹਾਨਾ, ਤੇ ਕਹਿਣ ਲੱਗਾ ਤੇਰਾ ਸੁਭਾਅ ਤਾਂ ਸੰਤਾਂ ਵਾਲਾ, ਤੇਰੀ ਮਤ ਬਹੁਤ ਸ੍ਰੇਸ਼ਟ ਹੈ, ਪਰ ਸਵਾਰਥ ਹੇਤੀ ਪ੍ਰਾਣ ਨਾ ਪਿਆਰੇ। ਦੇਖੋ ਪਰਾਏ ਦੇ ਸਵਾਰਥ ਵਾਸਤੇ ਵੀ ਤੇ ਆਪਣੇ ਪ੍ਰਾਣਾਂ ਨੂੰ ਪਿਆਰੇ ਨੀ ਕਰ ਰਿਹਾ, ਪਰਾਏ ਦੇ ਭਲੇ ਵਾਸਤੇ। ਨਰੋ ਨਿਸ਼ੰਕ ਮੋਰ ਸੰਗਾਰੇ, ਕਹਿੰਦਾ ਚੰਗਾ ਨਿਸ਼ੰਕ ਹੋ ਕੇ ਮੇਰੇ ਨਾਲ ਤੂੰ ਘੋਲ ਤੇ ਲੜਾਈ ਕਰ। ਪਰਸ ਪਰ ਮਿਲ ਤਬੈ, ਦੋਵੇਂ ਸਾਧ ਸੰਗ ਜੀ ਮਿਲ ਕੇ ਜਿਸ ਵੇਲੇ ਘੋਲਣ ਲੱਗ ਪਏ, ਮਲ ਤਰ ਤਾਹੇ, ਜਿਹੜਾ ਰਾਜੇ ਦਾ ਪਹਿਲਵਾਨ ਸੀ ਇਹਦੇ ਥੱਲੇ ਡਿੱਗ ਪਿਆ। ਪਰ ਸਵਾਰਥ ਕੋ ਜਾਣਕਾ, ਇਹ ਪਰਾਇਆ ਸਵਾਰਥ ਹੈ, ਮਤਲਬ ਹੈ ਇਹ ਭਲਾ ਕਰ ਰਿਹਾ ਪਰਾਏ ਦਾ ਜਾਣ ਕੇ, ਬੋਝ ਲਗਾਇਓ ਨਾਹੇ, ਆਪਣਾ ਬਲ ਜਿਹੜਾ ਸੀ ਉਸ ਨੂੰ ਨਹੀਂ ਲਾਉਣਾ ਕੀਤਾ। ਤੋਪੀ ਮਲ ਬਲੀ ਤਰ ਗਿਰਿਓ ਲਖਾਏ, ਜਿਸ ਵੇਲੇ ਬਲ ਵਾਲਾ ਮਲ ਜਿਹੜਾ ਸੀ ਥੱਲੇ ਡਿੱਗਿਆ ਹੋਇਆ ਵੇਖਿਆ, ਹਰ ਸਭ ਹੀ ਔਰ ਮੈਂ ਬਿਸਮਾਏ, ਸਾਰੇ ਲੋਕ ਜਿਹੜੇ ਸੀ ਆਪਣੇ ਮਨ ਦੇ ਚ ਹੈਰਾਨ ਹੋ ਗਏ। ਵਸਤਰਾਂ ਨਿਰਪਤੀ ਪਹਿਰਾਏ, ਬਸ ਇਹਦੀ ਜਿੱਤ ਹੋ ਗਈ, ਚੰਗੀ ਪੁਸ਼ਾਕ ਰਾਜੇ ਨੇ ਇਸ ਨੂੰ ਪਹਿਰਾਉਣਾ ਕੀਤੇ। ਗਿਣ ਕੇ ਸਹਿਸੀ ਇਨਾਮ ਦਿਵਾਏ, 1000 ਰੁਪਈਆ ਜਿਹੜਾ ਸੀ ਇਸ ਨੂੰ ਗਿਣ ਕੇ ਇਨਾਮ ਦਿਵਾਉਣਾ ਕੀਤਾ। ਮਲ ਕੇ ਹਿਰਦੇ ਗਿਆਨਾ, ਇਹ ਮਲ ਦੇ ਹਿਰਦੇ ਚ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੋ ਗਿਆ। ਨਾਸਿਓ ਮੋਹ ਮਨੋਜ ਮਹਾਨਾ, ਜੋ ਮੋਹ ਤੇ ਮਨੋਜ ਕਾਮ ਹੈ ਤੇ ਸਾਰੇ ਦੂਰ ਹੋ ਗਏ। ਲੈ ਕੇ ਸਿੱਖ ਸਦਨ ਮੈਂ ਆਇਓ, ਲੈ ਕੇ ਸਿੱਖ ਜਿਹੜਾ ਸੀ ਸਾਧ ਸੰਗ ਜੀ ਘਰ ਦੇ ਚ ਰੁਪਈਏ ਆ ਗਿਆ। ਨਾਨਾ ਵਿਧਨ ਆਹਾਰੀ ਕਰਾਇਓ, ਨਾਨਾ ਤਰ੍ਹਾਂ ਦੇ ਭੋਜਨ ਜਿਹੜੇ ਸੀ ਬਣਾਉਣਾ ਕੀਤੇ। ਥਲ ਬਿਠਾਏ ਗੁਰਪੂਰੇ, ਚੰਗੇ ਅਸਥਾਨ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੂੰ ਬਿਠਾ ਕੇ, ਪੰਕਜ ਪਾਏ ਪਖਾਰੇ ਰੂਰੇ, ਸੁੰਦਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਨੂੰ ਧੋਣਾ ਕੀਤਾ। ਚਰਨਾ ਅੰਮ੍ਰਿਤੀ ਮੁਖ ਪਾਇਓ ਜਬ ਹੀ, ਜਦੋਂ ਚਰਨਾਂ ਦਾ ਅੰਮ੍ਰਿਤ ਆਪਣੇ ਮੁਖ ਵਿੱਚ ਇਹਨੇ ਪਾਉਣਾ ਕੀਤਾ। ਲੋਕੀ ਕੀ ਸੁਲ ਤਬ ਹੀ, ਇਹਨਾਂ ਲੋਕਾਂ ਦੀ ਗਿਆਤ ਜਿਹੜੀ ਸੀ ਇਸ ਦੇ ਹਿਰਦੇ ਤਦੋਂ ਹੋ ਗਏ। ਕਿਰਪਾ ਦ੍ਰਿਸ਼ਟੀ ਕਰ ਮੁਖ ਉਦਾਰਾ, ਕਿਰਪਾ ਦ੍ਰਿਸ਼ਟੀ ਕਰਕੇ ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਤੇ ਕੋ ਸਗਰੋ ਬੰਸ ਉਧਾਰਾ, ਇਸ ਦਾ ਸਾਰੇ ਬੰਸ ਦਾ ਸਾਰ ਸੰਗ ਜੀ ਉਧਾਰ।